ਪਰਿਪੂਰਨ ਪਰਮਾਤਮਾ ਨੇ ਜੀਵਨ ਦਾ ਇਹ ਚੋਲਾ ਕਿਸੇ ਵਿਧੀ ਵਿਧਾਨ ਦੇ ਮੁਤਾਬਕ ਬਣਾਇਆ ਹੈ। ਪੁੱਤਰੀ ਤੇਰੀ ਪੁੱਤਰੀ ਪੁਤਲਾ ਸਰੀਰ ਦਾ ਪੁਤਲਾ ਵਿਧ ਕਰ ਥਾਟੀ ਕਿਸੇ ਵਿਧੀ ਦੇ ਮੁਤਾਬਕ ਬਣਾਇਆ ਹੈ। ਬੜੀ ਤਰਤੀਬ ਹੈ ਇਸਦੇ 'ਚ, ਬੜਾ ਸਿਲਸਿਲਾ ਹੈ ਇਹਦੇ ਵਿੱਚ। ਕੁਝ ਪੰਜਾਂ ਦੀ ਅਤੇ ਤਿੰਨਾਂ ਦੀ ਗਿਣਤੀ ਵੀ ਬੜੀ ਪ੍ਰਧਾਨ ਹੈ। ਜਿੱਥੇ ਇਹ ਸਰੀਰ ਦਾ ਪੁਤਲਾ ਪੰਜ ਤੱਤਾਂ ਦਾ ਜੋੜ ਹੈ, ਉੱਥੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਸਰੀਰ ਦੇ ਵਿਕਾਰ ਪੰਜ ਨੇ, ਮਨ ਦੇ ਗੁਣ ਪੰਜ ਨੇ, ਔਰ ਬੜੀ ਇਸ ਤਰ੍ਹਾਂ ਦੀ ਪੰਜ ਦੀ ਗਿਣਤੀ ਮਿਲਦੀ। ਫਿਰ ਥੋੜ੍ਹਾ ਜਿਹਾ ਹੋਰ ਗਹਿਰੇ ਤਲ ਵਿੱਚ ਜਾਈਏ ਤਾਂ ਕੁਛ ਤਿੰਨ ਦੀ ਗਿਣਤੀ ਮਿਲਦੀ ਹੈ। ਸਰੀਰ ਦੀਆਂ ਹਾਲਤਾਂ ਤਿੰਨ ਨੇ, ਬਾਲ ਜਵਾਨੀ ਔਰ ਬਿਰਧ ਫੁੰਨ ਤੀਨ ਅਵਸਥਾ ਜਾਂ ਬਚਪਨਾ ਹੈ, ਜਵਾਨੀ ਹੈ, ਬੁਢੇਪਾ ਹੈ। ਮਨ ਦੀਆਂ ਹਾਲਤਾਂ ਵੀ ਤਿੰਨ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਅੰਦਰ ਜਿਹੜੀ ਪ੍ਰਬਲ ਚੇਤਨਾ ਹੈ ਉਹਦੀਆਂ ਹਾਲਤਾਂ ਵੀ ਤਿੰਨ ਨੇ, ਜਾਗਰਤ, ਸਵਪਨ, ਸਖੋਪਤ। ਹੁਣ ਤੁਸੀਂ ਜਾਗਰਤ ਅਵਸਥਾ ਦੇ 'ਚ ਹੋ। ਜਦ ਬੰਦਾ ਸੋ ਜਾਂਦਾ ਤਾਂ ਇੱਕਦਮ ਨਹੀਂ ਸੌਂਦਾ, ਨੀਂਦ ਦੇ ਨਾਲ ਸੁਪਨਿਆਂ ਦੀ ਹਾਲਤ ਚੱਲ ਪੈਂਦੀ ਹੈ, ਉਹਨੂੰ ਸਵਪਨ ਅਵਸਥਾ ਕਹਿੰਦੇ ਨੇ। ਦਿਨ ਭਰ ਦਾ ਜਾਗਣਾ, ਦਿਨ ਭਰ ਦੇ ਕਰਮ, ਕੁਛ ਪਿਛਲੇ ਸੰਸਕਾਰ ਸੁਪਨਿਆਂ ਨੂੰ ਜਨਮ ਦਿੰਦੇ ਨੇ। ਫਿਰ ਬੰਦਾ ਐਸੀ ਅਵਸਥਾ 'ਚ ਚਲਾ ਜਾਂਦਾ ਜਿੱਥੇ ਸੁਪਨੇ ਵੀ ਖੋ ਜਾਂਦੇ, ਜਿਹਨੂੰ ਸੁਸ਼ੁਪਤੀ ਕਿਹਾ ਸੰਸਕ੍ਰਿਤ ਦੇ 'ਚ, ਪੰਜਾਬੀ ਸੁਖੋਪਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਪੰਕਤੀ ਆਉਂਦੀ, ਜਾਗਤ ਸਵਪਨ ਸੁਖੋਪਤ ਤੋਰੀਆ। ਸੁਸ਼ੁਪਤੀ ਜਿਸ ਦੇ 'ਚ ਸੁਪਨੇ ਵੀ ਖੋ ਗਏ। ਤੋ ਤਿੰਨਾਂ ਦੀ ਅਤੇ ਪੰਜਾਂ ਦੀ ਇਹ ਗਿਣਤੀ ਬੜੀ ਕੁਝ ਪ੍ਰਧਾਨ ਰੂਪ ਦੇ ਸਰੀਰ ਦੇ 'ਚ ਦਿਖਾਈ ਦਿੰਦੀ ਹੈ। ਸਰੀਰ ਮਿਲਿਆ ਸੰਸਾਰ ਦੀ ਸਭ ਤੋਂ ਸ੍ਰੇਸ਼ਠ ਚੇਤਨਾ ਪਰਮਾਤਮਾ ਨਾਲ ਜੁੜਨ ਵਾਸਤੇ। ਜੁੜੀਏ ਕਿਸ ਤਰ੍ਹਾਂ? ਇਸ ਪੌਣੇ ਘੰਟੇ 'ਚ ਮੈਂ ਇਤਨੀ ਹੀ ਗੱਲ ਤੁਹਾਡੇ ਨਾਲ ਕਰਨੀ ਹੈ, ਕਿਉਂਕਿ ਕਥਾ ਕੀਰਤਨ ਅਸੀਂ ਸੁਣਦੇ ਹੀ ਰਹਿੰਦੇ ਹਾਂ, ਕਰਦੇ ਹੀ ਰਹਿੰਦੇ ਹਾਂ। ਔਰ ਇਸ ਪੰਕਤੀ ਨੇ ਮੈਨੂੰ ਖਿਆਲ ਦੇ ਦਿੱਤੇ ਜੋ ਭਾਈ ਸਾਹਿਬ ਗਾਇਨ ਕਰ ਰਹੇ ਸਨ, ਬਾਬਾ ਬੋਲ ਨਾਮ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਤੋ ਕਿਸ ਤਰ੍ਹਾਂ ਜੁੜੀਏ? ਜੋ ਜੁੜ ਜਾਂਦਾ ਹੈ, ਇਤਨੀ ਗੱਲ ਸਪਸ਼ਟ ਹੈ ਕਿ ਆਪਣੇ ਆਪ 'ਤੇ ਜੁੜੇਗਾ ਨਹੀਂ। ਦੋ ਇੱਟਾਂ ਨੂੰ ਜੋੜਨਾ ਹੈ, ਗਾਰਾ ਚਾਹੀਦਾ। ਦੋ ਕੱਪੜਿਆਂ ਨੂੰ ਜੋੜਨਾ, ਸੂਈ ਧਾਗਾ ਚਾਹੀਦਾ। ਦੋ ਲੱਕੜਾਂ ਨੂੰ ਜੋੜਨਾ, ਸ੍ਰੇਸ਼ ਚਾਹੀਦੀ ਹੈ। ਗਰਜ਼ ਕਿ ਦੋ ਚੀਜ਼ਾਂ ਨੂੰ ਜੋੜਨਾ ਹੋਵੇ ਤਾਂ ਤੀਸਰੇ ਦੀ ਲੋੜ ਪੈਂਦੀ, ਉਸ ਤੋਂ ਬਿਨਾਂ ਗੱਲ ਬਣਦੀ ਨਹੀਂ। ਆਪਣੀ ਚੇਤਨਾ ਪਰਮ ਚੇਤਨਾ ਨਾਲ ਜੋੜਨੀ ਹੈ, ਆਪਣਾ ਮਨ ਗੁਰਸ਼ਬਦ ਦੇ ਨਾਲ ਜੋੜਨਾ, ਆਪਣੀ ਆਤਮਾ ਪਰਮਾਤਮਾ ਨਾਲ ਜੋੜਨੀ ਹੈ। ਕਿਵੇਂ ਜੁੜੀਏ? ਕੀ ਕਰੀਏ? ਕਿਹੜੀ ਸਾਧਨਾ ਕਰੀਏ? ਤੋ ਜਿੱਥੇ ਇਸਲਾਮੀ ਜਗਤ ਵਿੱਚ ਨਮਾਜ਼ ਇੱਕ ਜ਼ਰੀਆ ਹੈ, ਜ਼ਕਾਤ ਅਤੇ ਹੱਜ ਇੱਕ ਜ਼ਰੀਆ ਹੈ, ਸਨਾਤਨ ਜਗਤ ਵਿੱਚ ਪੂਜਾ ਹੈ, ਹਵਨ ਹੈ, ਤੀਰਥਾਂ ਦਾ ਰਟਨ ਹੈ,
ਹੋਰ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਸਾਧਨਾ ਹੈ ਪਰਮਾਤਮਾ ਨਾਲ ਜੁੜਨ ਵਾਸਤੇ। ਯੋਗ ਮਤ ਦੀ ਤਰਫ ਆਈਏ ਤਾਂ ਪ੍ਰਾਣਾਯਮ ਕਰਨਾ ਔਰ ਯੋਗਾ ਕਰਨਾ, ਚਾਹੇ ਯੋਗਾ ਤਾਂਤਰਿਕ ਹੈ, ਇਸ ਤਰ੍ਹਾਂ ਦੇ ਸਾਰੇ ਸਾਧਨ ਕਰਨੇ ਅਤੇ ਪਰਮਾਤਮਾ ਪ੍ਰਾਪਤੀ ਦੇ ਉਪਰਾਲੇ ਜੁਟਾਏ ਜਾਂਦੇ ਨੇ। ਸਿੱਖ ਜਗਤ ਵਿੱਚ ਕੀ ਹੈ, ਕਿਸ ਤਰ੍ਹਾਂ ਜੁੜੀਏ, ਕਿਸ ਤਰ੍ਹਾਂ ਉਸ ਪਰਮਾਤਮਾ ਦਾ ਜੋੜ ਨਸੀਬ ਹੋਵੇ। ਸਵਾਸਾਂ ਦੇ ਰੋਕਣ ਦੇ ਉੱਤੇ ਯੋਗ ਮਤ ਖੜਾ ਹੈ। ਪਾਣੀ ਦੀ ਪ੍ਰਧਾਨਤਾ ਸਨਾਤਨ ਮਤ ਦੇ ਵਿੱਚ ਹੈ। ਤੀਰਥਾਂ ਦਾ ਰਟਨ, ਬਾਰ ਬਾਰ ਦਾ ਇਸ਼ਨਾਨ, ਹਵਨ, ਯੱਗ, ਗੁਰੂ ਘਰ ਵਿੱਚ ਪਵਣ ਪ੍ਰਧਾਨ ਹੈ। ਯੋਗੀਆਂ ਦੇ ਵਿੱਚ ਕਦੀ ਬਗੌਰ ਮੁਤਾਲਾ ਕਰਕੇ ਵੇਖੋਗੇ ਅਤੇ ਸਨਾਤੀਨਾਂ ਦੇ ਅਤੇ ਇਸਲਾਮ ਦੇ ਵਿੱਚ ਇੱਕ ਭਿੰਨ ਜਿਹੀ ਜੀਵਨ ਧਾਰਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਰੱਖੀ, ਜਿਸ ਨੂੰ ਸਮਝੇ ਬਿਨਾਂ ਅਸੀਂ ਜਗਤ ਨੂੰ ਨਹੀਂ ਸਮਝਾ ਸਕਾਂਗੇ ਔਰ ਨਹੀਂ ਇਸ ਗੱਲ ਦਾ ਦਾਅਵਾ ਵਿਅਰਥ ਹੈ ਕਿ ਅਸੀਂ ਸਮਝਿਆ। ਜੇ ਕਿਧਰੇ ਸਮਝਿਆ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸ਼ਾਇਦ ਕੋਈ ਪਖੰਡ ਹੁੰਦਾ ਹੀ ਨਾ, ਪਰ ਹਰ ਥਾਂ 'ਤੇ ਪਖੰਡ ਹੈ। ਗੁਰੂ ਗ੍ਰੰਥ ਸਾਹਿਬ ਦੀ ਪੂਜਾ ਇੱਕ ਬਹਾਨਾ ਹੈ, ਪੂਜਾ ਕੁਛ ਹੋਰ ਚੱਲਦੀ, ਕੁਝ ਹੋਰ ਦਾ ਹੋਰ ਸਿਲਸਿਲਾ, ਇਹ ਤਾਂ ਬਹਾਨਾ ਹੈ, ਸਿਰਫ ਇੱਕ ਬਹਾਨਾ। ਤੋ ਸਾਡੇ 'ਚ ਰੱਬ ਨਾਲ ਜੁੜਨ ਦਾ ਜ਼ਰੀਆ ਹੈ ਗੁਰੂ, ਪਰ ਗੁਰੂ ਕੌਣ? ਗੁਰੂ ਗ੍ਰੰਥ ਅਤੇ ਗੁਰੂ ਪੰਥ, ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਨੀਆਂ ਨੇ। ਪੰਥ ਗੁਰੂ ਨਹੀਂ ਹੈ, ਇਸ ਦੇ ਉੱਤੇ ਬੜੀਆਂ ਚੋਟਾਂ ਕੀਤੀਆਂ ਜਾ ਰਹੀਆਂ, ਅਤੇ ਗੁਰੂ ਗ੍ਰੰਥ ਦੀ ਵੀ ਉਹ ਅਹਿਮੀਅਤ ਨਹੀਂ, ਉਹ ਇਹਨਾਂ ਸ਼ਬਦਾਂ ਦੇ ਰਾਹੀਂ ਵੀ ਪ੍ਰਚਾਰ ਕਰਦੇ ਨੇ। ਤੁਸੀਂ ਦ੍ਰਿੜ ਰੂਪ ਦੇ 'ਚ ਅੱਜ ਸਮਝਣਾ ਇਸ ਗੱਲ ਨੂੰ, ਗੁਰੂ ਗ੍ਰੰਥ ਅਤੇ ਗੁਰੂ ਪੰਥ। ਗੁਰੂ ਪੰਥ ਦੀ ਹਸਤੀ ਕੀ ਹੈ ਇਹ ਬਾਅਦ 'ਚ ਗੱਲ ਕਰਾਂਗੇ। ਗੁਰੂ ਗ੍ਰੰਥ ਦੀ ਹਸਤੀ, ਗੁਰੂ ਗ੍ਰੰਥ ਦਾ ਸਰੂਪ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ, ਇਤਨੀ ਮੈਰਜ ਕਰਦੇ ਹਾਂ। ਕੀ ਵੇਖੋਗੇ? ਪਾਲਕੀ ਵੇਖੋਗੇ, ਰੁਮਾਲੇ ਵੇਖੋਗੇ, ਸਤਿਗੁਰੂ ਦੀ ਬੀੜ ਵੇਖੋਗੇ, ਲਿਖੇ ਹੋਏ ਅੱਖਰ ਵੇਖੋਗੇ, ਕੁਛ ਵੀ ਨਹੀਂ ਆਉਣਾ। ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ, ਗੁਰੂ ਸੁਣਨ ਦਾ ਵਿਸ਼ਾ, ਇਹ ਸੁਣਨ ਦਾ ਵਿਸ਼ਾ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖਿਆ ਸੀ ਇਹਨਾਂ ਅੱਖਾਂ ਨਾਲ, ਕੁਛ ਇੱਕ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਕਹਿ ਦਿੱਤਾ, ਸੁਣਿਆ ਸੀ ਕਿਸੇ ਨੇ, ਉਹ ਨਿਛਾਵਰ ਗਏ ਗੁਰੂ ਨਾਨਕ ਤੋਂ, ਕੁਰਬਾਨ ਗਏ। ਜਿਨ੍ਹਾਂ ਨੇ ਸਿਰਫ ਵੇਖਿਆ ਸੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣੇ ਪਿੰਡ ਤੋਂ ਕੱਢ ਦਿੱਤਾ ਸੀ ਕਿ ਅਸੀਂ ਜਾਂ ਤਾਂ ਬਰਖਾ ਪਾਓ ਜਾਂ ਸਾਡਾ ਪਿੰਡ ਛੱਡ ਜਾਓ। ਸਾਹਿਬ ਕਹਿਣਗੇ ਮੀਂਹ ਪੈਣਾ ਤੇ ਕਰਤਾਰ ਦੇ ਹੱਥ 'ਚ ਹੈ, ਅਸੀਂ ਤੁਹਾਡਾ ਪਿੰਡ ਛੱਡ ਜਾਂਦੇ ਹਾਂ, ਇਹ ਸਾਡੇ ਵਾਸੇ 'ਚ। ਪਰ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਣਿਆ ਉਹ ਕੁਰਬਾਨ ਗਏ, ਸਦਕੇ ਗਏ। ਜਿਨ੍ਹਾਂ ਨੇ ਸਿਰਫ ਵੇਖਿਆ ਸੀ ਉਹਨਾਂ ਨੇ ਤੇ ਪਹਿਲੇ ਇਤਨਾ ਹੀ ਕਹਿ ਦਿੱਤਾ ਸੀ ਕਿ ਅਮਰੂ ਨਿਥਾਵਾਂ ਹੈ ਰਾਤ ਨੂੰ ਭਟਕਣ ਵਾਲਾ। ਔਰ ਜਦ ਗੱਦੀ 'ਤੇ ਵੀ ਬੈਠੇ ਤਾਂ ਬੋਲ ਉਹੀ ਰਹਿ, ਪਰ ਜਿਨ੍ਹਾਂ ਨੇ ਸੁਣਿਆ ਉਹਨਾਂ ਦੀ ਰਸਨਾ ਤੋਂ ਬਾਅਦ 'ਚ ਨਿਕਲਿਆ ਸੀ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ।
ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ। ਜਿਨ੍ਹਾਂ ਨੇ ਸਿਰਫ ਵੇਖਿਆ ਸੀ ਉਹਨਾਂ ਨੂੰ ਤੇ ਇਹ ਦਿਸਿਆ ਸੀ ਕਿ ਗਲੀ ਗਲੀ ਵਿੱਚ ਘੁੰਗਣੀਆਂ ਵੇਚਣ ਵਾਲਾ ਇਹ ਜੇਠਾ ਯਤੀਮ ਹੈ। ਮਾਂ ਬਾਪ ਵੀ ਜਾਂਦੇ ਰਹੇ, ਨਾਨਕਿਆਂ ਦੇ ਘਰ ਵਿੱਚ ਪਲਿਆ, ਇਹਦੇ ਸਿਰ ਦਾ ਤੇ ਕੋਈ ਆਸਰਾ ਹੀ ਨਹੀਂ। ਕੌਣ ਦੱਸੇ ਜਿਹਨੂੰ ਤੁਸੀਂ ਨਿਆਸਰਾ ਕਹਿੰਦੇ ਪਏ ਹੋ, ਸਾਰਿਆਂ ਦੇ ਸਿਰ ਦਾ ਆਸਰਾ ਬਣੇਗਾ। ਜਿਨ੍ਹਾਂ ਨੇ ਸੁਣਿਆ ਉਹ ਕੁਰਬਾਨ ਗਏ, ਜਿਨ੍ਹਾਂ ਨੇ ਸਿਰਫ ਵੇਖਿਆ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ, ਅਤੇ ਜਿਨ੍ਹਾਂ ਨੇ ਸੁਣਿਆ ਭਾਈ ਮੰਜ, ਭਾਈ ਗੁਰਦਾਸ, ਬਾਬਾ ਬੁੱਢਾ, ਭਾਈ ਬੰਨੋ, ਇਹ ਨਿਛਾਵਰ ਗਏ। ਸਾਈਂ ਮੀਆਂ ਮੀਰ ਇਤਿਆਦਕ, ਕਵੀ ਜਮਾਲ ਹੁਸੈਨ ਇਤਿਆਦਕ, ਇਹ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਗਏ, ਸਦਕੇ ਗਏ। ਜਿਨ੍ਹਾਂ ਨੇ ਸਿਰਫ ਵੇਖਿਆ ਉਹਨਾਂ ਨੇ ਛੇਵੇਂ ਪਾਤਸ਼ਾਹ ਦੀ ਨਿੰਦਾ ਇਸ ਢੰਗ ਨਾਲ ਕੀਤੀ ਕਿ ਇਸਤਰੀ ਕੀ ਅਤੇ ਫਕੀਰ ਕੀ, ਫਕੀਰ ਕੀ ਅਤੇ ਦੌਲਤ ਕੀ, ਔਰ ਫਕੀਰ ਕੀ ਅਤੇ ਪੁੱਤਰ ਕੀ, ਹਿੰਦੂ ਕੀ ਅਤੇ ਫਕੀਰ ਕੀ। ਸਿਆਲਕੋਟ ਦੇ ਇੱਕ ਸੂਫੀ ਸੰਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸ਼ਾਨੋ ਸ਼ੌਕਤ ਵੇਖ ਕੇ ਇਹ ਬਚਨ ਕਟਾਕਸ਼ ਦੇ ਚੁੱਕਾ ਹੈ, ਕਿਉਂਕਿ ਸਤਿਗੁਰ ਦੇ ਨਾਲ ਮਹਿਲ ਵੀ ਸਨ, ਬੱਚੇ ਵੀ ਸਨ, ਬੜੇ ਸੁੰਦਰ ਘੋੜੇ ਅਤੇ ਆਪ ਅਸਵਾਰ ਸਨ, ਬੜੀ ਸ਼ਾਨੋ ਸ਼ੌਕਤ ਦੇ ਨਾਲ ਲੰਘੇ ਤਾਂ ਉਸਨੇ ਉੱਚੀ ਆਵਾਜ਼ ਵਿੱਚ ਕਹਿ ਦਿੱਤਾ, ਇਸਤਰੀ ਕੀ ਅਤੇ ਫਕੀਰ ਕੀ, ਫਕੀਰ ਕੀ ਅਤੇ ਦੌਲਤ ਕੀ, ਔਰ ਫਕੀਰ ਕੀ ਅਤੇ ਪੁੱਤਰ ਕੀ, ਔਰ ਹਿੰਦੂ ਕੀ ਅਤੇ ਫਕੀਰ ਕੀ। ਇਹ ਲਵਸ ਸਨ। ਸਾਹਿਬਾਂ ਨੇ ਕਿਹਾ, ਸੁਣ ਫਕੀਰਾ, ਦੌਲਤ ਗੁਜ਼ਰਾਨ, ਇਸਤਰੀ ਇਮਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੂੰ ਕਿਹੜੇ ਚੱਕਰਾਂ 'ਚ ਪਿਆ? ਜਿਹੜਾ ਹਿੰਦੂ ਮੁਸਲਮ ਦੇ ਚੱਕਰ ਦੇ 'ਚ ਅਜੇ ਪਿਆ ਉਹ ਫਕੀਰ ਹੀ ਨਹੀਂ। ਭਗਤ ਕਬੀਰ ਸਾਫ਼ ਕਹਿੰਦੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹਿ ਰਾਮ ਕੇ ਪਿੰਡ ਪਰਾਂ। ਹਿੰਦੂ ਇੱਕ ਮਜ਼ਹਬ ਹੈ, ਮੁਸਲਮਾਨ ਇੱਕ ਮਜ਼ਹਬ ਹੈ, ਔਰ ਮੈਂ ਫਿਰ ਅਰਜ਼ ਕਰਦੇ ਹਾਂ, ਸਿੱਖ ਇੱਕ ਮਜ਼ਹਬ ਨਹੀਂ ਹੈ, ਇਹ ਕੀ ਇੱਕ ਧਰਮ ਹੈ। ਤੁਸੀਂ ਆਖੋਗੇ ਮਜ਼ਹਬ ਅਤੇ ਧਰਮ ਦੇ 'ਚ ਕੋਈ ਅੰਤਰ ਹੈ? ਬੜਾ ਭਾਰੀ ਅੰਤਰ ਹੈ, ਬਹੁਤ ਵੱਡਾ ਅੰਤਰ ਹੈ। ਮਜ਼ਹਬ ਇੱਕ ਤੰਗ ਦਾਇਰੇ ਦੀ ਨਦੀ ਹੈ, ਥੋੜ੍ਹਾ ਜਿਹਾ ਵੀ ਮਤਭੇਦ ਦਾ ਪਾਣੀ ਵਧਿਆ ਤਾਂ ਹੜ੍ਹ ਆ ਜਾਏਗਾ। ਮਜ਼ਹਬੀ ਦੁਨੀਆ 'ਚ ਬੜਾ ਖੂਨ ਖਰਾਬਾ ਹੋਇਆ, ਯਹੂਦੀ ਮੁਸਲਮਾਨਾਂ ਨਾਲ ਲੜਦੇ ਰਹੇ, ਮੁਸਲਮਾਨ ਯਹੂਦੀਆਂ ਨਾਲ ਅਜੇ ਵੀ ਲੜਦੇ, ਈਸਾਈ ਯਹੂਦੀਆਂ ਨਾਲ ਲੜਦੇ ਰਹੇ, ਯਹੂਦੀ ਈਸਾਈਆਂ ਨਾਲ ਲੜਦੇ ਰਹੇ, ਅਜੇ ਵੀ ਕੋਈ ਸੁਲਾ ਨਹੀਂ। ਹਿੰਦੂ ਮੁਸਲਿਮ ਜੈਨ ਬੌਧ ਸਨਾਤਨ ਬੌਧ ਕਤਲੇਆਮ ਹੋਇਆ ਭਾਰਤ ਵਿੱਚ, ਸਮੁੱਚੀ ਦੁਨੀਆ ਦੇ ਉੱਤੇ ਮਜ਼ਹਬ ਦੇ ਨਾਂ ਦੇ ਉੱਤੇ ਇਤਨੀਆਂ ਖੂਨ ਦੀਆਂ ਨਦੀਆਂ ਵਗੀਆਂ ਨੇ ਕਿ ਗੁਰੂ ਨਾਨਕ ਜੈਸੇ ਸੰਤ ਨੂੰ, ਦਾਰਸ਼ਨਿਕ ਨੂੰ ਮਜ਼ਹਬ ਤੋਂ ਨਫ਼ਰਤ ਹੋ ਗਈ। ਮਾਰਕਸ ਨੂੰ ਵੀ ਮਜ਼ਹਬ ਤੋਂ ਨਫ਼ਰਤ ਹੋਈ। ਮਾਰਕਸ ਨੇ ਕਹਿ ਦਿੱਤਾ, ਮਨੁੱਖ ਦੀ ਲੋੜ ਮਜ਼ਹਬ ਨਹੀਂ ਹੈ, ਮਜ਼ਹਬ ਤੰਗ ਦਿਲ ਕਰ ਦਿੰਦਾ, ਮਜ਼ਹਬ ਮੁਤਸਬੀ ਬਣਾ ਦਿੰਦਾ, ਮਜ਼ਹਬ ਦੂਸਰਿਆਂ ਵਾਸਤੇ ਆਪਣੇ ਦਿਲ ਦੇ ਦਰਵਾਜ਼ੇ ਬੰਦ ਕਰ ਦਿੰਦਾ, ਮਜ਼ਹਬ ਕਰਕੇ ਖੂਨ ਖਰਾਬਾ ਆਉਂਦਾ, ਲਿਹਾਜ਼ਾ ਜ਼ਿੰਦਗੀ ਦੀ ਇਹ ਲੋੜ ਨਹੀਂ, ਕੱਢ ਦਿਓ। ਜਿਨ੍ਹਾਂ ਨੇ ਮਾਰਕਸ ਦੀਆਂ ਵਿਚਾਰਾਂ ਨੂੰ ਸੁਣਿਆ ਉਹ ਐਲਾਨੀਆ ਤੌਰ 'ਤੇ ਨਾਸਤਿਕ ਹੋ ਗਏ,
ਤੇ ਅੱਜ ਰੂਹੇ ਜ਼ਮੀਨ ਵਿੱਚ ਅੱਧੀ ਦੁਨੀਆ ਐਲਾਨੀਆ ਤੌਰ ਤੇ ਨਾਸਤਿਕ ਹੈ। ਰੂਸ, ਚਾਈਨਾ, ਚੈਕੋਸਲਾਵਾਕੀਆ, ਹੰਗਰੀ, ਬਲਗਾਰੀਆ, ਇਹ ਪੋਲੈਂਡ, ਜਰਮਨੀ, ਸਭ ਨਾਸਤਿਕ ਦੇਸ਼। ਜ਼ਮੀਨ ਵਿੱਚ ਅੱਧੀ ਦੁਨੀਆ ਐਲਾਨੀਆ ਤੌਰ ਤੇ ਨਾਸਤਿਕ ਹੋ ਜਾਏ, ਇਹ ਧਰਮ ਦਾ ਭਵਿਸ਼ ਕੋਈ ਮਹਾਨ ਨਹੀਂ ਹੈ। ਤੇ ਜਿਹੜੇ ਆਸਤਿਕ ਹਨ ਉਹ ਵੀ ਕੋਈ ਪੂਰੇ ਆਸਤਿਕ ਕੋਈ ਨਹੀਂ। ਮਾਰਕਸ ਦੀਆਂ ਵਿਚਾਰਾਂ ਦਾ ਇਤਨਾ ਭਾਰੀ ਅਸਰ ਪਿਆ ਕਿਉਂਕਿ ਉਹਨੇ ਕਹਿ ਦਿੱਤਾ, ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ, ਧਨ ਦੀ ਲੋੜ ਹੈ, ਧਰਮ ਦੀ ਲੋੜ ਨਹੀਂ। ਉਹਨੇ ਸਬੂਤ ਇਹ ਦਿੱਤੇ, ਜੇਬ ਵਿੱਚ ਧਨ ਨਹੀਂ ਜ਼ਮੀਨ ਦੇ ਉੱਤੇ ਬੰਦਾ ਚਾਰ ਕਦਮ ਨਹੀਂ ਚੱਲ ਸਕਦਾ, ਪਰ ਧਰਮ ਨਹੀਂ ਤਾਂ ਨੌ ਖੰਡ ਪ੍ਰਿਥਵੀ ਦਾ ਭਰਮਣ ਕੀਤਾ ਜਾ ਸਕਦਾ। ਧਰਮ ਕੋਈ ਜ਼ਰੂਰੀ ਨਹੀਂ। ਪੇਟ ਦੇ ਵਿੱਚ ਭੋਜਨ ਨਹੀਂ ਤਾਂ ਬੰਦਾ ਮੰਜੇ 'ਤੇ ਪੈ ਜਾਏਗਾ, ਚੱਲ ਨਹੀਂ ਸਕੇਗਾ, ਭੁੱਖਾ ਬੰਦਾ ਕੁਛ ਨਹੀਂ ਕਰ ਸਕੇਗਾ। ਪਰ ਭਜਨ 5-10 ਦਿਨ ਨਹੀਂ ਕੀਤਾ ਤਾਂ ਕੁਛ ਵੀ ਨਹੀਂ ਘਟਦਾ। ਇਹਨਾਂ ਵਿਚਾਰਾਂ ਦਾ ਖਾਸ ਕਰ ਦਲੀਲਬਾਜ਼ ਮਨੁੱਖਾਂ ਦੇ ਉੱਤੇ ਬੜਾ ਅਸਰ ਹੋਇਆ। ਧਨ ਦੀ ਲੋੜ ਹੈ, ਧਰਮ ਦੀ ਲੋੜ ਨਹੀਂ। ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ। ਲਿਹਾਜ਼ਾ ਭਜਨ ਦੇ ਜਿਹੜੇ ਕੇਂਦਰ ਨੇ, ਧਰਮ ਦੇ ਜਿਹੜੇ ਕੇਂਦਰ ਨੇ, ਉਹਨਾਂ ਨੂੰ ਧਨ ਕਮਾਉਣ ਦਾ ਕੇਂਦਰ ਬਣਾਓ। ਤੋ ਚਾਈਨਾ ਵਿੱਚ ਬੋਧ ਮੱਠ ਸਰਕਾਰੀ ਕਾਰਖਾਨਿਆਂ ਦੇ ਤਬਦੀਲ ਕਰ ਦਿੱਤੇ ਗਏ। ਉਜੜ ਗਈਆਂ ਮਸਜਿਦਾਂ ਦੇ ਚਰਚ ਰਸ਼ੀਆ ਵਿੱਚ ਅਤੇ ਬਾਕੀ ਦੇ ਦੇਸ਼ਾਂ ਵਿੱਚ ਸੁੰਨੇ ਪੈ ਗਏ। ਧਨ ਕਮਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮਨੁੱਖ ਦੀ ਇਹ ਲੋੜ ਹੀ ਨਹੀਂ। ਭਜਨ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਤੋਂ ਬਿਨਾਂ ਮਨੁੱਖ ਰਹਿ ਸਕਦਾ ਹੈ। ਤੋ ਜਿਸ ਤੋਂ ਬਿਨਾਂ ਮਨੁੱਖ ਰਹਿ ਸਕਦਾ ਉਸਨੂੰ ਇੱਕ ਪਾਸੇ ਕਰੋ। ਤੋ ਮੈਂ ਅਰਜ਼ ਕਰਾਂ, ਗੁਰੂ ਨਾਨਕ ਦੀ ਬਾਣੀ ਜੇ ਕਦੀ ਉਹਨਾਂ ਨੇ ਪੜ੍ਹੀ ਆਉਂਦੀ ਤਾਂ ਇਸ ਢੰਗ ਨਾਲ ਐਲਾਨੀਆਂ ਉਹ ਨਾ ਕਰਦੇ। ਕਹਿੰਦੇ ਸਾਹਿਬ, ਕਹਿੰਦੇ ਨੇ ਭਜਨ ਨਾ ਮਿਲਿਆ ਤਾਂ ਜ਼ਮੀਰ ਮਰੇਗੀ, ਭੋਜਨ ਨਾ ਮਿਲਿਆ ਤਾਂ ਸਰੀਰ ਮਰੇਗਾ। ਧਨ ਨਾ ਮਿਲਿਆ ਸਰੀਰ ਨਹੀਂ ਚੱਲ ਸਕੇਗਾ, ਜੇ ਧਰਮ ਨਾ ਮਿਲਿਆ ਤਾਂ ਮਨੁੱਖ ਦੇ ਅੰਦਰ ਮਨੁੱਖਤਾ ਨਹੀਂ ਰਹੇਗੀ, ਮਨੁੱਖਤਾ ਮਰ ਜਾਏਗੀ। ਸਰੀਰ ਨੂੰ ਜ਼ਿੰਦਾ ਰੱਖਣ ਵਾਸਤੇ ਭੋਜਨ ਚਾਹੀਦਾ ਹੈ, ਜ਼ਮੀਰ ਨੂੰ ਮਨੁੱਖਤਾ ਨੂੰ ਜ਼ਿੰਦਾ ਰੱਖਣ ਵਾਸਤੇ ਧਰਮ ਚਾਹੀਦਾ ਹੈ, ਭਜਨ ਚਾਹੀਦਾ ਹੈ। ਜੈਸੇ ਜੈਸੇ ਦੁਨੀਆਂ ਵਿੱਚ ਭਜਨ ਖਤਮ ਹੋਇਆ, ਮਨੁੱਖਤਾ ਖਤਮ ਹੋ ਗਈ। ਮਨੁੱਖ ਦਾ ਮਤਲਬ ਕੀ ਹੈ? ਜੋ ਬੜੇ ਨਿਰਵੈਰ ਹੋ ਕੇ ਜੀਵੇ, ਨਿਰਭੈ ਹੋ ਕੇ ਜੀਵੇ, ਪਵਿੱਤਰ ਹੋ ਕੇ ਜੀਵੇ, ਵਿਸ਼ਾਲ ਹੋ ਕੇ ਜੀਵੇ, ਦਿਆਲੂ ਹੋ ਕੇ ਜੀਵੇ, ਸੀਲ ਸੰਜਮੀ ਹੋਵੇ, ਇਹ ਮਨੁੱਖ ਦੇ ਚਿੰਨ੍ਹ ਨੇ। ਮਨੁੱਖ ਦੇ ਅੰਦਰ ਮਨੁੱਖਤਾ ਮਰ ਗਈ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਅਤੇ ਪਸ਼ੂਆਂ ਦੀ ਦੁਨੀਆਂ ਵਿੱਚ ਕੀ ਹੈ? ਪਸ਼ੂਆਂ ਦੀ ਦੁਨੀਆਂ 'ਚ ਵੱਡਾ ਪਸ਼ੂ ਛੋਟੇ ਪਸ਼ੂ ਨੂੰ ਖਾ ਜਾਂਦਾ, ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਵੱਡਾ ਦਰਿੰਦਾ ਚੌਪਾਇਆ ਜਾਨਵਰ ਛੋਟੇ ਜਾਨਵਰਾਂ ਨੂੰ ਜੀਵਨ ਨਹੀਂ ਦਿੰਦਾ, ਵੱਡਾ ਕੀੜਾ ਛੋਟੇ ਕੀੜੇ ਨੂੰ ਖਾ ਜਾਂਦਾ, ਵੱਡੇ ਦਰਖਤ ਦੇ ਥੱਲੇ ਛੋਟੇ ਬੂਟੇ ਨਹੀਂ ਪਨਪਦੇ, ਨਹੀਂ ਵੱਧਦੇ। ਅਤੇ ਹੁਣ ਕੀ ਹੋ ਰਿਹਾ? ਵੱਡਾ ਮਨੁੱਖ ਛੋਟੇ ਮਨੁੱਖ ਨੂੰ ਦਬਾਉਂਦਾ, ਵੱਡੇ ਮੁਲਕ ਛੋਟੇ ਮੁਲਕਾਂ ਨੂੰ ਦਬਾਉਂਦੇ, ਉੱਠਣ ਹੀ ਨਹੀਂ ਦਿੰਦੇ। ਬਿਲਕੁਲ ਪਸ਼ੂਆਂ ਦੀ ਤਰ੍ਹਾਂ ਬਿਰਤੀ ਸਮੁੱਚੀ ਦੁਨੀਆਂ 'ਚ, ਕਿਉਂਕਿ ਧਰਮ ਨਹੀਂ ਰਿਹਾ। ਧਰਮ ਨੇ ਮਨੁੱਖ ਨੂੰ ਮਨੁੱਖ ਬਣਾਉਣਾ ਸੀ, ਧਰਮ ਨੇ ਬੰਦੇ ਨੂੰ ਬੰਦਾ ਬਣਾਉਣਾ ਸੀ, ਨਹੀਂ ਰਹੀ ਗੱਲ। ਸਾਹਿਬ ਕਹਿੰਦੇ ਨੇ ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੀ ਮਰ ਗਈ ਤਾਂ ਮਨੁੱਖ ਦੀ ਤਾਂ ਖਾਸੀਅਤ ਹੀ ਖੋ ਗਈ, ਮਨੁੱਖ ਦੀ ਤਾਂ ਅਹਿਮੀਅਤ ਹੀ ਖੋ ਗਈ। ਮਨੁੱਖ ਦਾ ਮਨੁੱਖ ਹੋਣਾ ਖੋ ਗਿਆ ਤਾਂ ਸੰਸਾਰ 'ਤੇ ਜੀਵਣਾ ਇਸਦਾ ਤਾਂ ਵਿਅਰਥ ਹੋ ਗਿਆ। ਤਾਂ ਖੈਰ ਮੁਖਤਸਰ ਕਰੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੀ ਝੋਲੀ ਵਿੱਚ ਧਰਮ ਪਾਇਆ, ਔਰ ਧਰਮ ਸੁਰੱਖਿਅਤ ਰਹਿ ਸਕੇ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਰਿਆਦਾ ਬਣਾ ਦਿੱਤੀ, ਗੁਰੂ ਗ੍ਰੰਥ ਅਤੇ ਗੁਰੂ ਪੰਥ। ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਸਾਡੇ ਦੋ ਨਾਮ ਨੇ, ਸਾਡੀ ਕੌਮੀਅਤ ਦੇ, ਸਾਡੀ ਹੋਂਦ ਦੇ, ਸਾਡੀ ਧਾਰਮਿਕ ਦੁਨੀਆ ਦੇ ਦੋ ਨਾਮ ਨੇ, ਸਿੱਖ ਅਤੇ ਸਿੰਘ। ਸਿੱਖ ਗੁਰੂ ਨਾਨਕ ਦਾ ਦਿੱਤਾ ਹੋਇਆ, ਬਖਸ਼ਿਸ਼ ਕੀਤਾ ਹੋਇਆ ਨਾਮ ਹੈ। ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿੱਤਾ ਹੋਇਆ ਤਖੱਲੁਸ ਹੈ, ਉਪਨਾਮ, ਸਰਨੇਮ, ਤਖੱਲੁਸ ਸਿੰਘ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਮੈਂ ਰੋਜ਼ ਤੁਹਾਡੇ ਇੱਥੇ ਯੂਕੇ ਦੇ ਅਖਬਾਰਾਂ 'ਚ ਪੜ੍ਹਦਾ, ਲੋਕ ਨਾਮ ਆਪਣੇ ਬਦਲ ਰਹੇ ਨੇ ਵੀ ਅਸੀਂ ਨੇਮ ਚੇਂਜ ਕਰ ਰਹੇ, ਅਤੇ ਨੇਮ ਚੇਂਜ ਕਰਨ ਦਾ ਮਤਲਬ ਕਿ ਸਿਰਫ ਸਿੰਘ ਹੀ ਹਟਾਉਣਾ, ਹੋਰ ਕੁਛ ਨਹੀਂ। ਇਹ ਪਤਾ ਨਹੀਂ ਕਿੱਥੋਂ ਬਦਬਖਤੀ ਚੱਲ ਪਈ ਹੈ, ਸਿਰਫ ਸਿੰਘ ਹੀ ਹਟਾਉਣਾ। ਸਿੰਘ ਤਖੱਲੁਸ ਹੈ, ਖਾਸ ਨਾਮ, ਉਪਨਾਮ। ਬੜੀ ਰੀਝ ਦੇ ਨਾਲ ਪੁਰਾਣੇ ਸਾਹਿਤਕਾਰ, ਕਵੀ, ਸੰਗੀਤਕਾਰ, ਦਾਰਸ਼ਨਿਕ, ਰਾਜੇ ਮਹਾਰਾਜੇ ਆਪਣਾ ਤਖੱਲੁਸ ਰੱਖਦੇ ਹੁੰਦੇ ਸਨ। ਹੁਮਾਯੂੰ ਦਾ ਲੜਕਾ ਜਲਾਲੁਦੀਨ ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਉਸਨੇ ਆਪਣਾ ਤਖੱਲੁਸ ਰੱਖਿਆ ਅਕਬਰ, ਇਹ ਉਹਦਾ ਤਖੱਲੁਸ। ਅਤੇ ਅਕਬਰ ਦਾ ਪੁੱਤਰ ਸ਼ਾਹਜ਼ਾਦਾ ਸਲੀਮ ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਇਹ ਤਖੱਲੁਸ ਹੈ ਉਸਦਾ, ਉਪਨਾਮ। ਜਹਾਂਗੀਰ ਦਾ ਬੱਚਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ। ਅਤੇ ਸ਼ਾਹਜਹਾਂ ਦਾ ਪੁੱਤਰ ਮਯੂਦੀਨ ਜਿਸ ਦਿਨ ਸਿੰਘਾਸਣ 'ਤੇ ਬੈਠਦਾ ਹੈ, ਉਹ ਆਪਣਾ ਨਾਮ ਰੱਖਦਾ ਹੈ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ, ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ, ਇਹ ਉਹਨੇ ਆਪਣਾ ਲਕਬ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋ ਲਫ਼ਜ਼ ਜ਼ਫ਼ਰਨਾਮੇ ਵਿੱਚ ਲਿਖੇ ਨੇ ਔਰੰਗਜ਼ੇਬ ਨੂੰ, ਬਈ ਇਹ ਜਿਹੜਾ ਤੂੰ ਤਖੱਲੁਸ ਰੱਖਿਆ ਹੈ, ਇਹਦੇ ਨਾਲ ਮੈਂ ਸਹਿਮਤ ਨਹੀਂ। ਮਯੂਦੀਨ ਉਸਦਾ ਨਾਂ ਸੀ। ਔਰੰਗਜ਼ੇਬ, ਤੂੰ ਤਖਤ ਦੀ ਨੁਮਾਇਸ਼ ਨਹੀਂ ਹੈ, ਤੂੰ ਤਖਤ ਦੀ ਸ਼ੋਭਾ ਨਹੀਂ ਹੈ, ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ, ਤੂੰ ਤਖਤ ਦੀ ਬਦਕਿਸਮਤੀ ਹੈ, ਤੂੰ ਤਖਤ ਦੀ ਬਦਬਖਤੀ ਹੈ। ਨਜ਼ੇਬਤ ਤੋਰਾ ਨਾਮ ਔਰੰਗਜ਼ੇਬ ਕੇ, ਔਰੰਗਜ਼ੇਬ ਨਾ ਬਾਇਦ ਫਰੇਬ। ਤੂੰ ਤੇ ਮਹਾਂ ਫਰੇਬੀ ਬੰਦਾ, ਮਹਾਂ ਮਕਾਰ ਬੰਦਾ, ਝੂਠਾ ਬੰਦਾ, ਜਿਹੜੀ ਚੀਜ਼ ਦਾ ਤੂੰ ਲੇਬਲ ਲਾਇਆ ਅੰਦਰ ਹੈ ਹੀ ਕੋਈ ਨਹੀਂ। ਬੋਤਲ ਦੇ ਉੱਤੇ ਲੇਬਲ ਅੰਮ੍ਰਿਤ ਦਾ ਲਾਇਆ, ਵਿੱਚ ਸ਼ਰਾਬ ਹੋਵੇ, ਲੇਬਲ ਦੁੱਧ ਦਾ ਲੱਗਿਆ ਹੋਵੇ, ਅੰਦਰ ਜ਼ਹਿਰ ਹੋਵੇ, ਇਹ ਤੇ ਧੋਖਾ ਹੋਵੇ ਨਾ। ਤੂੰ ਤਖਤ ਦੀ ਸ਼ੋਭਾ ਨਹੀਂ ਹੈ, ਤੂੰ ਤਖਤ ਦੀ ਸ਼ਿੰਗਾਰ ਨਹੀਂ ਹੈ। ਕਮ ਸੇ ਕਮ ਆਪਣਾ ਤਖੱਲੁਸ ਤੇ ਤੂੰ ਢੰਗ ਦਾ ਚੁਣੋ। ਤੂੰ ਗੁਰੂ ਨਾਨਕ ਨੇ ਸਾਨੂੰ ਨਾਮ ਦਿੱਤਾ ਕੌਮੀ ਨਾਮ ਸਿੱਖ, ਸਾਡਾ ਕੌਮੀ ਨਾਮ ਸਿੱਖ। ਗੁਰੂ ਗੋਬਿੰਦ ਸਿੰਘ ਜੀ ਇਸ 'ਤੇ ਮਾਣ ਵੀ ਕਰਦੇ ਨਾਲ, ਸਿੱਖ ਹੀ ਹੋ ਆਪਣੇ ਮਨ ਕੋ ਯੇ ਲਾਲਚ ਹੋ ਗੁਣ ਤੋਏ ਉਚਰੋ। ਹੇ ਅਕਾਲ ਪੁਰਖ, ਮੈਂ ਮਨ ਕਰਕੇ ਤੇਰਾ ਸਿੱਖ ਹਾਂ, ਔਰ ਮੈਨੂੰ ਲਾਲਚ ਹੈ ਤੇਰੇ ਗੁਣ ਗਾਣ ਦਾ, ਬਸ ਹੋਰ ਕੁਛ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਲਾਲਚ ਹੀ ਨਹੀਂ। ਬੜੇ ਬੜੇ ਸਤਪੁਰਸ਼ ਅਤੇ ਮਹਾਂਪੁਰਸ਼ਾਂ ਦੀਆਂ ਮੈਂ ਮੰਗਾਂ ਪੜੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵੀ ਇੱਕ ਥਾਂ 'ਤੇ ਮੈਂ ਮੰਗ ਪੜੀ, ਕ੍ਰਿਸ਼ਨਾ ਅਵਤਾਰ ਵਿੱਚ। ਇਸ ਸੂਰਬੀਰ ਮਹਾਂਬਲੀ ਨੇ ਜੋ ਮੰਗ ਮੰਗੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਜੋ ਕਿਛ ਇੱਛੇ ਕਰੋ ਧਨ ਕੀ, ਤੋ ਚਲਿਓ ਧਨ ਦੇਸਨ ਦੇਸ 'ਤੇ ਆਵੇ।
ਹੇ ਅਕਾਲ ਪੁਰਖ, ਇੱਛਾ ਤੋਂ ਰਹਿਤ ਤੇ ਕੋਈ ਹੋ ਨਹੀਂ ਸਕਦਾ। ਜਿੰਨੇ ਚਿਰ ਤੱਕ ਸਵਾਸ ਚੱਲਦੇ ਨੇ ਆਸ ਚੱਲਦੀ ਹੈ, ਮਨ ਚੱਲਦਾ ਹੈ ਮੰਗ ਚੱਲਦੀ ਹੈ। ਮੈਂ ਨਿਰਿਛਤ ਨਹੀਂ ਹਾਂ, ਐਸਾ ਨਹੀਂ ਮੈਂ ਕਹਿੰਦਾ ਕਿ ਮੇਰੇ ਅੰਦਰ ਕੋਈ ਮੰਗ ਨਹੀਂ ਹੈ, ਪਰ ਮੇਰੀ ਮੰਗ ਨੂੰ ਹੇ ਅਕਾਲ ਪੁਰਖ ਸੁਣ, ਮੇਰੀ ਮੰਗ ਕੀ ਹੈ। ਜੋ ਕਿਛ ਇੱਛ ਕਰੋ ਧਨ ਕੀ ਤੋਂ ਚੱਲਿਓ, ਧਨ ਦੇਸਨ ਦੇਸ ਤੇ ਆਵੇ। ਜੇ ਮੈਂ ਧਨ ਦੀ ਇੱਛਾ ਕਰਾਂ ਤਾਂ ਬਿਨਾਂ ਇੱਛਾ ਤੋਂ ਦੇਸ਼ ਦੇ ਸਾਂਤਰਾਂ ਤੋਂ ਧਨ ਚੱਲ ਕੇ ਆ ਰਿਹਾ, ਮੇਰੇ ਕਦਮਾਂ 'ਚ ਅੰਬਾਰ ਲੱਗਿਆ, ਮੈਂ ਇਹਦੀ ਇੱਛਾ ਹੀ ਨਹੀਂ ਕਰਦਾ। ਹੇ ਅਕਾਲ ਪੁਰਖ, ਮੇਰੀ ਮੰਗ ਹੀ ਨਹੀਂ ਹੈ, ਇਹ ਤੇਰੇ ਕੋਲ ਮੇਰੀ ਚਾਹਤ ਹੀ ਨਹੀਂ ਹੈ। ਜੋ ਕਿਛ ਇੱਛ ਕਰੋ ਧਨ ਕੀ ਤੋਂ ਚੱਲਿਓ, ਧਨ ਦੇਸਨ ਦੇਸ਼ ਤੇ ਆਵੇ। ਔ ਸਭ ਰਿੱਧਨ ਸਿੱਧਨ ਪੇ ਹਮਰੋ ਨਹੀਂ ਨੈਕ ਹੀ ਆ ਲਲਚਾਵੇ। ਜਿਹਨੂੰ ਕਹਿੰਦੇ ਨੇ ਰਿਧੀਆਂ, ਜਿਹਨੂੰ ਕਹਿੰਦੇ ਨੇ ਸਿੱਧੀਆਂ, ਹੇ ਅਕਾਲ ਪੁਰਖ, ਇਹ ਮੈਨੂੰ ਨਹੀਂ ਚਾਹੀਦੀਆਂ। ਔਰ ਮੈਂ ਹੈਰਾਨ ਹਾਂ, ਜਿਸ ਜਿਸ ਚੀਜ਼ ਨੂੰ ਸਤਿਗੁਰਾਂ ਨੇ ਪੈਰਾਂ ਤਲੇ ਲਿਤਾੜਿਆ, ਸਿੱਖ ਜਗਤ ਦੇ ਵਿੱਚ ਬਹੁਤੀਆਂ ਇਹ ਧਾਗੇ ਤਵੀਜ਼ ਬਹੁਤੇ ਪ੍ਰਚਲਿਤ ਨੇ, ਜਾਦੂ ਟੋਣਾ ਬਹੁਤਾ ਪ੍ਰਚਲਿਤ ਹੈ। ਪੰਥਕ ਨਿਯਮ ਦੀ ਥਾਂ ਥਾਂ 'ਤੇ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ। ਮੈਂ ਇਤਨੀ ਅਰਜ਼ ਕਰਦੇ ਹਾਂ ਕਿ ਹਿੰਦੁਸਤਾਨ ਵਿੱਚ ਇਤਨਾ ਪਖੰਡ ਨਹੀਂ ਪਨਪ ਸਕਿਆ ਜਿੰਨਾ ਪਖੰਡ ਤੁਹਾਡੇ ਇੰਗਲੈਂਡ ਵਿੱਚ ਪਨਪਿਆ। ਇਹ ਗੱਲ ਵੱਖਰੀ ਹੈ ਕਿ ਤੁਸੀਂ ਮੇਰੇ ਸ਼ਬਦਾਂ ਨਾਲ ਸਹਿਮਤ ਹੋਏ ਹੋਵੋ ਕਿ ਭਾਵੇਂ ਨਾ ਦੋ ਤਿੰਨ ਪਖੰਡੀ ਪੈਦਾ ਹੋਏ ਸਨ, ਇੱਕ ਪਖੰਡੀ ਨੂੰ ਟਿਕਾਣੇ ਲਾਉਣ ਦੇ ਨਾਲ ਬਾਕੀ ਆਪੇ ਠੀਕ ਹੋ ਗਏ। ਪਰ ਇੱਥੇ ਬਹੁਤ ਪਖੰਡ, ਬੜਾ ਪਖੰਡ, ਔਰ ਪਖੰਡ ਨੂੰ ਤਕਵੀਅਤ ਦੇ ਦਿੰਦੇ ਨੇ ਤੁਹਾਡੇ ਇੰਗਲੈਂਡ ਦੇ ਅਖਬਾਰ ਅਤੇ ਇੰਗਲੈਂਡ ਦੇ ਗੁਰਦੁਆਰੇ ਤਕਵੀਅਤ ਦੇ ਦਿੰਦੇ, ਵੱਧ ਜਾਂਦਾ। ਔਰ ਖਿੜੇ ਮੱਥੇ ਤੁਸੀਂ ਉਹਨਾਂ ਦੀ ਸ਼ੋਭਾ ਪੜ ਵੀ ਲੈਂਦੇ ਹੋ, ਖਿੜੇ ਮੱਥੇ ਉਹਨਾਂ ਦੀ ਸ਼ੋਭਾ ਸੁਣ ਵੀ ਲੈਂਦੇ। ਔਰ ਫਿਰ ਇੰਗਲੈਂਡ ਦੇ ਪੈਸੇ ਦੇ ਨਾਲ ਭਾਰਤ ਦੀ ਸਿੱਖੀ ਨੂੰ ਪੈਰਾਂ ਥੱਲੇ ਕੁਚਲਦੇ ਨੇ, ਦਬਾਉਂਦੇ ਨੇ। ਇਸ ਵਕਤ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ 5-7% ਸਿਰਫ ਜ਼ਿਆਦਾ ਪੰਜਾਬ ਦੇ, ਸਿਰਫ 5-7%, ਇਹ ਗਿਣਤੀ ਸਾਡੀ ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ, ਵੀ ਬਰਾਬਰ ਹੋ ਜਾ, ਕਿਉਂਕਿ ਇਹਨਾਂ ਦਾ ਮਾਣ ਸਿਰਫ 5-7% ਦਾ ਹੈ ਨਾ। ਤੋ ਇਹ 5-7% ਗਿਣਤੀ ਘਟਾਓ। ਕਿਸ ਤਰ੍ਹਾਂ ਘਟੇਗੀ? ਇਹਨਾਂ ਦੇ ਮਨ ਵਿੱਚ ਗੁਰੂਆਂ ਦੇ ਬਾਰੇ ਅਸ਼ਰਧਾ ਪੈਦਾ ਕਰੋ, ਇਹਨਾਂ ਦੇ ਮਨ ਦੇ ਵਿੱਚ ਤੀਰਥਾਂ ਬਾਰੇ ਅਸ਼ਰਧਾ ਪੈਦਾ ਕਰੋ। ਹੱਦ ਹੋ ਗਈ, ਹਿੰਦੁਸਤਾਨ ਦੇ ਕਿਸੇ ਸ਼ਹਿਰ ਵਿੱਚ ਬੁਰਾਈ ਨਹੀਂ ਦਿਸਦੀ, ਇਹਨਾਂ ਨੂੰ ਸਿਰਫ ਅੰਮ੍ਰਿਤਸਰ ਦੇ 'ਚ ਹੀ ਬੁਰਾਈ ਦਿਸ ਪੈਂਦੀ। ਦਿੱਲੀ ਦੇ 'ਚ ਬੁਰਾਈ ਕੋਈ ਨਹੀਂ, ਬਨਾਰਸ ਦੇ 'ਚ ਬੁਰਾਈ ਕੋਈ ਨਹੀਂ, ਹਰਿਦੁਆਰ ਦੇ 'ਚ ਬੁਰਾਈ ਕੋਈ ਨਹੀਂ, ਬੰਬੇ ਦੇ 'ਚ ਬੁਰਾਈਆਂ ਨਹੀਂ ਨੇ, ਸਿਰਫ ਅੰਮ੍ਰਿਤਸਰ ਦੇ 'ਚ ਇਹਨਾਂ ਨੂੰ ਦਿਖਾਈ ਦੇਂਦੀਆਂ। ਹਿੰਦੁਸਤਾਨ ਦੇ ਹੋਰ ਕਿਸੇ ਸ਼ਹਿਰ ਵਿੱਚ ਨਹੀਂ ਦਿਖਾਈ ਦੇਂਦੀਆਂ। ਜਗਨਨਾਥਪੁਰੀ ਦੇ 'ਚ ਇਹਨਾਂ ਨੂੰ ਨਹੀਂ ਦਿਖਾਈ ਦੇਂਦੀਆਂ, ਰਾਮੇਸ਼ਵਰਮ ਦੇ 'ਚ ਇਹਨਾਂ ਨੂੰ ਨਹੀਂ ਦਿਖਾਈ ਦੇਂਦੇ। ਇੱਥੇ ਕੁਦਰਤ ਦਾ ਨਿਯਮ ਆਉਂਦਾ, ਨੇਕ ਵੀ ਹੁੰਦੇ ਨੇ ਮਨੁੱਖ, ਬਦ ਵੀ ਹੁੰਦੇ ਨੇ। ਪਰ ਮੈਂ ਇਤਨੀ ਅਰਜ਼ ਕਰਦੇ ਹਾਂ, ਰੂਹੇ ਜ਼ਮੀਨ ਵਿੱਚ ਕੋਈ ਐਸਾ ਤੀਰਥ ਨਹੀਂ ਹੈ ਜਿਸ ਨੂੰ ਸਿਫਤੀ ਦਾ ਘਰ ਕਿਹਾ ਜਾ ਸਕਦਾ। ਉਹ ਸਿਰਫ ਇੱਕੋ ਹੀ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। 24 ਘੰਟੇ ਜਿੱਥੇ ਸਿਫਤੋ ਸਲਾਹ ਪਰਿਪੂਰਨ ਪਰਮਾਤਮਾ ਦੀ ਚੱਲਦੀ, ਅਤੇ ਸਿਫਤੀ ਦਾ ਘਰ ਉਹ ਦਰਬਾਰ ਸਾਹਿਬ, ਸਿਫਤੀ ਦਾ ਘਰ ਦਰਬਾਰ ਸਾਹਿਬ ਦੀ ਪਰਿਕਰਮਾ। ਕਾਲਾ ਚਸ਼ਮਾ ਅੱਖਾਂ 'ਤੇ ਲਾ ਲਈਏ ਤਾਂ ਦੁਨੀਆ ਕਾਲੀ ਦਿਖਾਈ ਦੇ, ਉਹ ਤਾਂ ਚਸ਼ਮੇ ਦਾ ਕਸੂਰ, ਅੱਖਾਂ ਦਾ ਕਸੂਰ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ 'ਚ ਜਾ ਕੇ ਸਿਰਫ ਪਾਪ ਹੀ ਦਿਖਾਈ ਦਿੰਦੇ ਨੇ, ਮੈਂ ਸਮਝਦਾ ਉਹਨਾਂ ਨੂੰ ਆਪਣੀ ਅੱਖਾਂ ਦਾ ਇਲਾਜ ਕਰਾਉਣਾ ਚਾਹੀਦਾ। ਉੱਥੇ ਬਿਖ ਅੰਮ੍ਰਿਤ ਬਸੇ ਇੱਕ ਸੰਘਾ, ਚੰਗੇ ਮਾੜੇ ਬੰਦੇ ਤਾਂ ਹਰ ਥਾਂ 'ਤੇ ਹੁੰਦੇ ਨੇ। ਇਹ ਥੋੜ੍ਹੀ ਕਿ ਸਿਰਫ ਅੰਮ੍ਰਿਤਸਰ ਦੇ 'ਚ ਨੇ, ਦਿੱਲੀ ਦੇ 'ਚ ਕੋਈ ਨਹੀਂ, ਹਰਿਦੁਆਰ ਦੇ 'ਚ ਕੋਈ ਨਹੀਂ, ਬਨਾਰਸ ਦੇ 'ਚ ਨਹੀਂ ਨਾ,
ਜਗਨਨਾਥਪੁਰੀ ਦੇ ਚ ਨਹੀਂ ਨੇ, ਰਾਮੇਸ਼ਰਮ ਦੇ ਚ ਨਹੀਂ ਨੇ, ਪਰ ਜਿਸ ਢੰਗ ਦੀ ਸਿਫਤ ਉਹ ਸਲਾਹ ਅੰਮ੍ਰਿਤਸਰ ਦੇ ਚ ਹੈ ਕਿਧਰੇ ਵੀ ਨਹੀਂ। ਤੁਸੀਂ ਘੁੰਮ ਫਿਰ ਕੇ ਵੇਖ ਲੈਣਾ ਸਾਰੇ ਤੀਰਥਾਂ 'ਤੇ, ਸਿਵਾਏ ਨਿਰਾਸ਼ਾ ਤੋਂ ਹੋਰ ਪੱਲੇ ਕੁਛ ਵੀ ਨਹੀਂ ਪਿਆ। ਮੈਂ ਇਹਨਾਂ ਸਾਰੇ ਤੀਰਥਾਂ 'ਤੇ ਭਟਕਿਆ, ਭਰਮ ਕੇ ਦੇਖਿਆ। ਤੋ ਇਹ ਜਿਹੜੀ 5-7% ਅਸੀਂ ਜ਼ਿਆਦਾ ਗਿਣਤੀ ਦੇ 'ਚ ਇਹ ਖਟਕਦੇ ਪੈਣ। ਗੁਰੂ ਅਸਥਾਨ ਜਿਹੜੇ ਨੇ, ਗੁਰੂਆਂ ਬਾਰੇ ਅਸ਼ਰਧਾ ਪੈਦਾ ਕਰੋ, ਬਰਾਬਰ ਹੋ ਜਾਏਗਾ। ਅਤੇ ਇਸ ਗੱਲ ਨੂੰ ਅਸੀਂ ਸਮਝਦੇ ਨਹੀਂ ਪਏ, ਅਸੀਂ ਲੜਾਈ ਝਗੜੇ 'ਚ ਵਕਤ ਪੈ ਜਾਇਆ ਕਰਦੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਲਮਕਾਵਾਂ ਨਾ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਓ ਸਭ ਰਿੱਧਨ ਸਿੱਧਨ ਪੇ ਹਮਰੋ ਨਹੀਂ ਲੈਕ ਹਿਆ ਲਲ ਚਾਵੇ, ਔਰ ਸੁਨੋ ਕਛ ਜੋਗ ਬਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ। ਹੋਰ ਸੁਣ ਲੈ ਅਕਾਲ ਪੁਰਖ, ਮੈਂ ਪ੍ਰਾਣਾਯਮ ਨਹੀਂ ਕਰਨਾ, ਮੈਂ ਯੋਗਾ ਨਹੀਂ ਕਰਨਾ। ਸਿੱਖੀ ਨੂੰ ਪ੍ਰਚਾਰਨ ਵਾਸਤੇ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੇ ਸਵਈਏ, ਨੰਦ ਲਾਲ ਦੀਆਂ ਗਜ਼ਲਾਂ, 52 ਕਵੀਆਂ ਦਾ ਰਚਿਤ ਸਾਹਿਤ, ਔਰ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਕਾਫੀ ਹੈ ਸਿੱਖੀ ਨੂੰ ਪ੍ਰਚਾਰਨ ਵਾਸਤੇ। ਹੁਣ ਲੋਕ ਕਈ ਇਸ ਤਰ੍ਹਾਂ ਕਹਿੰਦੇ ਨੇ ਕਿ ਬਿਨਾਂ ਵੇਦਾਂ ਨੂੰ ਅੱਗੇ ਕੀਤਿਆਂ ਅਸੀਂ ਸਿੱਖੀ ਨਹੀਂ ਚਲਾ ਸਕਦੇ, ਬਿਨਾਂ ਯੋਗਾ ਨੂੰ ਅੱਗੇ ਕੀਤੇ ਸਿੱਖੀ ਦਾ ਪ੍ਰਚਾਰ ਕਰਨਾ ਬੜੀ ਔਖੀ ਗੱਲ ਹੈ। ਇਹਦਾ ਮਤਲਬ ਸਿੱਖੀ ਲੰਗੜੀ ਹੈ, ਇਹਨੂੰ ਯੋਗਾ ਦੇ ਆਸਰੇ ਦੀ ਲੋੜ ਪੈ ਗਈ। ਕਦੀ ਯੋਗੀਆਂ ਨੇ ਨਹੀਂ ਆਖਿਆ ਕਿ ਸਾਨੂੰ ਆਪਣੀ ਮਤ ਦਾ ਪ੍ਰਚਾਰ ਕਰਨ ਵਾਸਤੇ ਸਿੱਖੀ ਦੀ ਲੋੜ ਹੈ। ਕਦੀ ਵੇਦਾਂਤੀਆਂ ਨੇ ਨਹੀਂ ਆਖਿਆ ਸਾਨੂੰ ਆਪਣੇ ਮਤ ਦਾ ਪ੍ਰਚਾਰ ਕਰਨ ਵਾਸਤੇ ਸਿੱਖੀ ਦੀ ਲੋੜ ਹੈ। ਸਿੱਖ ਐਸਾ ਕਿਉਂ ਕਹਿੰਦੇ ਨੇ ਕਿ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਸਨਾਤਨ ਦੀ ਲੋੜ ਹੈ, ਆਦਿ ਸ਼ਕਤੀ ਦੀ ਲੋੜ ਹੈ, ਯੋਗਾ ਦੀ ਲੋੜ ਹੈ, ਤਾਂਤਰਿਕ ਦੀ ਲੋੜ ਹੈ? ਇਹ ਉਹੀ ਬੰਦੇ ਕਹਿੰਦੇ ਨੇ ਜਿਨ੍ਹਾਂ ਨੇ ਸਿੱਖੀ ਨੂੰ ਬਿਲਕੁਲ ਸਮਝਿਆ ਹੀ ਨਹੀਂ, ਜਾਣਿਆ ਹੀ ਨਹੀਂ। ਜਿਸ ਵਕਤ ਮੱਕੇ 'ਚ ਗਏ ਨੇ ਗੁਰੂ ਨਾਨਕ ਦੇਵ ਜੀ, ਯੋਗਾ ਦਾ, ਵੇਦਾਂਤ ਦਾ ਆਸਰਾ ਜਾਂ ਇਸਲਾਮ ਦਾ ਆਸਰਾ ਲੈ ਕੇ ਪ੍ਰਚਾਰ ਨਹੀਂ ਕੀਤਾ, ਆਪਣੀ ਬਾਣੀ ਨੂੰ ਅੱਗੇ ਕੀਤਾ। ਚਾਹੇ ਸੂਫੀਆਂ ਕੋਲ ਗਏ, ਯੋਗੀਆਂ ਕੋਲ ਗਏ, ਯੋਗੀ ਤੇ ਗੁਰੂ ਨਾਨਕ ਦੇ ਚਰਨਾਂ 'ਤੇ ਡਿੱਗੇ ਸਨ। ਸਮੁੱਚੇ ਯੋਗੀਆਂ ਨੇ ਕਿਹੜੇ ਸਵਾਲ ਕੀਤੇ, ਗੁਰੂ ਨਾਨਕ ਨੇ ਕੀ ਜਵਾਬ ਦਿੱਤਾ, ਸਿੱਧ ਗੋਸ਼ਟ ਪੜ੍ਹ ਲੈਣਾ। ਯੋਗੀ ਚੁੱਕੇ ਹੈ, ਯੋਗ ਮਤ ਕਦੋਂ ਦਾ ਭਾਰਤ ਵਿੱਚ ਮਰ ਚੁੱਕਿਆ, ਉਹਦੀ ਰਾਖ ਹੀ ਪਈ ਹੈ ਹੁਣ ਕੁਛ ਨਹੀਂ। ਅਤੇ ਹੁਣ ਮੁਰਦਿਆਂ ਦੇ ਆਸਰੇ 'ਤੇ ਸਿੱਖੀ ਨੂੰ ਚਲਾਉਣਾ, ਇਹ ਸੋਚਣ ਵਾਲੀਆਂ ਗੱਲਾਂ ਨੇ ਸਾਰੀਆਂ। ਇਹਦਾ ਮਤਲਬ ਦੂਜਿਆਂ ਨੂੰ ਅਹਿਸਾਸ ਕਰਾ ਦਿਓ ਸਿੱਖੀ ਦੇ 'ਚ ਕੁਛ ਵੀ ਕੋਈ ਨਹੀਂ, ਇਹਨੂੰ ਵੇਦਾਂਤ ਦੇ ਆਸਰੇ 'ਤੇ ਚਲਾਵਾਂਗੇ, ਇਹਨੂੰ ਯੋਗਾ ਦੇ ਆਸਰੇ 'ਤੇ ਚਲਾਵਾਂਗੇ, ਇਹਨੂੰ ਤਾਂਤਰਿਕ ਦੇ ਆਸਰੇ 'ਤੇ ਚਲਾਵਾਂਗੇ, ਕਿਉਂਕਿ ਸਿੱਖੀ ਫੈਲ ਨਹੀਂ ਸਕਦੀ। ਕਹਿਣਾ ਪੈਦਾ ਖੁਦ ਹੀ ਲੰਗੜੇ ਨੇ, ਖੁਦ ਚੱਲਣ ਦੀ ਕੋਈ ਹਿੰਮਤ ਕੋਈ ਨਹੀਂ, ਕੋਈ ਸਮਰੱਥਾ ਨਹੀਂ। ਵਰਨਾ ਸਿੱਖੀ ਆਪਣੇ ਆਪ ਦੇ 'ਚ ਇਤਨੀ ਮਹਾਨ ਹੈ, ਇਹ ਯੋਗੀਆਂ ਦੇ ਸਾਹਮਣੇ ਰੱਖੀ ਜਾਏ ਤਾਂ ਯੋਗੀ ਝੁਕਣਗੇ, ਔਰ ਇਹ ਜੇ ਮੱਕੇ ਦੇ 'ਚ ਗੁੰਜਾਰ ਪਾਈ ਜਾਏ ਤਾਂ ਉੱਥੋਂ ਦੇ ਹਾਜੀ ਵੀ ਝੁਕਣਗੇ। ਝੁਕੇ ਸਨ ਗੁਰੂ ਨਾਨਕ ਦੇਵ, ਅੱਜ ਵੀ ਬਗਦਾਦ ਦੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸਥਾਨ ਬਣਿਆ, ਇਸਲਾਮੀ ਕੇਂਦਰ ਦੇ 'ਚ ਗੁਰੂ ਨਾਨਕ ਦਾ ਥੜਾ ਮੌਜੂਦ ਹੋਵੇ, ਇਸਲਾਮੀ ਕੇਂਦਰ ਦੇ 'ਚ ਉਸ ਥੜੇ ਦੇ ਉੱਤੇ ਗੁਰੂ ਨਾਨਕ ਦੀ ਸਿਫਤ ਤੋਂ ਸਲਾਹ ਲਿਖੀ ਹੋਵੇ, ਇਹ ਮਾਮੂਲੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਕਦੇ ਵਾਇਆ ਬਗਦਾਦ ਹੋ ਕੇ ਦਿੱਲੀ ਬੰਬੇ ਜਾਣ ਦਾ ਮੌਕਾ ਮਿਲੇ ਤਾਂ ਬਗਦਾਦ ਏਅਰਪੋਰਟ ਤੋਂ ਸਿਰਫ 2 ਮੀਲ ਦੀ ਦੂਰੀ ਦੇ ਉੱਤੇ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਇਹ ਥੜਾ ਪੀਰ ਦਸਤਗੀਰ ਦੇ ਕੋਲ, ਕਿਉਂਕਿ ਦਸਤਗੀਰ ਦੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਮਾਨ ਬਣੇ ਸਨ। 17 ਦਿਨ ਪੀਰ ਦਸਤਗੀਰ ਕੋਲ ਰਹੇ, ਪੀਰ ਦਸਤਗੀਰ ਇਤਨਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮਹਾਰਾਜ ਜਿਸ ਥੜੇ 'ਤੇ ਤੁਸੀਂ ਬੈਠੇ ਹੋ ਮੈਂ ਇੱਥੇ ਤੁਹਾਡੇ ਨਾਂ ਦੀ ਤਖਤੀ ਲਾਣੀ ਹੈ, ਰਹਿੰਦੀ ਦੁਨੀਆਂ ਤੱਕ ਇੱਕ ਗੱਲ ਰਹਿ
ਕਿ ਇੱਥੇ ਆਪ ਆਏ ਸੀ ਅਤੇ ਮੈਨੂੰ ਸੰਦੇਸ਼ ਦਿੱਤਾ ਸੀ। ਤੁਸੀਂ ਦਸਤਗੀਰ ਦੀ ਕਬਰ ਨਾਲ ਗੁਰੂ ਨਾਨਕ ਦਾ ਥੜਾ ਨਾਲ ਬਣਿਆ, ਬੜੇ ਮੋਟੇ ਹਰਫਾਂ ਵਿੱਚ ਲਿਖਿਆ ਹੋਇਆ ਰੱਬ ਉਲ ਮਜੀਦ ਹਜ਼ਰਤ ਬਾਬਾ ਨਾਨਕ। ਇਹ ਬੜੇ ਮੋਟੇ ਹਰਫਾਂ ਨਾਲ ਲਿਖਿਆ। ਕਦੀ ਜਾਓਗੇ, ਥੋੜ੍ਹਾ ਜਿਹਾ ਜਿਹੜਾ ਉਰਦੂ ਪੜ੍ਹ ਸਕਦਾ, ਥੋੜ੍ਹਾ ਜਿਹਾ ਜਿਹੜਾ ਫਾਰਸੀ ਪੜ੍ਹ ਸਕਦਾ, ਉਹ ਸਤਿਗੁਰ ਦੀ ਸਿਫਤ ਪੜ੍ਹ ਲਏਗਾ। ਰੱਬ ਉਲ ਮਜੀਦ ਹਜ਼ਰਤ ਬਾਬਾ ਨਾਨਕ, ਗੁਰੂ ਨਾਨਕ ਤੇ ਨੌ ਖੰਡ ਪ੍ਰਿਥਵੀ ਵਿੱਚ ਛਿੱਟਾ ਮਾਰ ਆਏ ਸਨ ਨਾਮ ਦਾ, ਪਰ ਆਪਣੇ ਤੇ ਅਸੀਂ ਘਰ ਦੀਆਂ ਹੀ ਖੇਤੀਆਂ ਉਜਾੜ ਕੇ ਬੈਠ ਗਏ, ਘਰ ਦੀਆਂ ਹੀ ਫਸਲਾਂ ਉਜਾੜ ਕੇ ਬੈਠ ਗਏ। ਉਹ ਜਿਹੜੀ ਦੂਰ ਦੂਰ ਤੱਕ ਫਸਲਾਂ ਬੀਜੀਆਂ ਸਨ ਮੇਰੇ ਪਾਤਸ਼ਾਹ ਨੇ, ਉਹ ਦੂਰ ਨਹੀਂ, ਤੁਸੀਂ ਸਹਿਮਤ ਹੋਵੋਗੇ ਕਿ ਨਹੀਂ। ਗੁਲਾਮੀ ਦੇ ਸੰਸਕਾਰ ਸਾਡੇ ਵਿੱਚ ਬੜੇ ਪ੍ਰਬਲ ਨੇ, ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਬਹੁਤ ਪ੍ਰਬਲ ਨੇ, ਬੜੇ ਪ੍ਰਬਲ। ਭਾਰਤ ਰਿਹਾ ਗੁਲਾਮ ਕੋਈ 1000 ਸਾਲ ਤੱਕ, ਅਫਗਾਨੀਆਂ ਦਾ ਗੁਲਾਮ ਰਿਹਾ, ਈਰਾਨੀਆਂ ਦਾ ਗੁਲਾਮ ਰਿਹਾ, ਮੰਗੋਲਾਂ ਦਾ ਗੁਲਾਮ ਰਿਹਾ, ਅਰਬੀਆਂ ਦਾ ਗੁਲਾਮ ਰਿਹਾ, ਤੁਰਕਾਂ ਦਾ ਗੁਲਾਮ ਰਿਹਾ, ਡੱਚ ਅਤੇ ਪੁਰਤਗੇਜ਼ ਲੋਕਾਂ ਨੇ ਗੁਲਾਮ ਰੱਖਿਆ, ਫਿਰ ਅੰਗਰੇਜ਼ ਲੋਕਾਂ ਨੇ ਗੁਲਾਮ ਰੱਖਿਆ। ਗੁਲਾਮੀ ਤਾਂ ਸਿਰਫ 1 ਸਾਲ ਦੀ ਹੋਵੇ ਅਤੇ ਮਨੁੱਖ ਸਦੀਆਂ ਦੀ ਸੰਸਕ੍ਰਿਤੀ ਗਵਾ ਬੈਠਦਾ। 1000 ਸਾਲ ਗੁਲਾਮ ਦਬੀ ਰਹੀ ਭਾਰਤ ਦੀ ਸੰਸਕ੍ਰਿਤੀ, ਔਰ ਕਿਧਰੇ ਕਿਧਰੇ ਮਿੱਟ ਗਈ, ਬਰਬਾਦ ਹੋ ਗਈ। 1000 ਸਾਲ ਤੱਕ ਗੁਲਾਮ ਰਿਹਾ। ਸੁਤੰਤਰਤਾ ਦਾ ਨਾਰਾ ਇਸ ਦੇਸ਼ ਦੇ ਸਭ ਤੋਂ ਪਹਿਲੇ ਗੁਰੂ ਨਾਨਕ ਨੇ ਲਾਇਆ, ਇਹ ਬਾਬਰ ਤੋਂ ਬਾਬਰ ਨਹੀਂ ਜਾਬਰ, ਇਸ ਤੋਂ ਪਹਿਲੇ ਕਿਸੇ ਨੇ ਨਹੀਂ ਕਿਹਾ। ਸਿੱਧ ਮੌਜੂਦ ਸਨ, ਜੋਗੀ ਮੌਜੂਦ ਸਨ, ਬੜੇ ਬੜੇ ਆਲਮ ਮੌਜੂਦ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਕਵੀ ਤੁਲਸੀ ਮੌਜੂਦ ਸੀ, ਉਹਨੇ ਰਾਮਾਇਣ ਵਿੱਚ ਰਾਵਣ ਨੂੰ ਤਾਂ ਰੱਜ ਕੇ ਵੰਡਿਆ, ਲੇਕਿਨ ਜਹਾਂਗੀਰ ਦੇ ਬਾਰੇ ਇੱਕ ਕਲਮ ਵੀ ਨਹੀਂ ਚਲਾਈ, ਕੁਛ ਵੀ ਨਹੀਂ ਲਿਖਿਆ, ਮਜਾਲ ਹੈ ਕੋਈ ਜ਼ਿਕਰ ਕੀਤਾ ਹੋਵੇ। ਉਸ ਤੁਲਸੀ ਨੇ ਜਿਸਦੇ ਬੋਲਾਂ ਦੀ ਸਮੁੱਚੇ ਭਾਰਤ ਦੇ ਚਰਚਾ ਹੈ, ਮਜਾਲ ਹੈ ਉਸਨੇ ਮੁਗਲਾਂ ਦੇ ਜ਼ੁਲਮ ਦੇ ਬਾਰੇ ਕੁਛ ਆਖਿਆ ਹੋਇਆ, ਕੁਛ ਵੀ ਨਹੀਂ ਕਿਹਾ। ਮੁਗਲਾਂ ਦੀ ਫੌਜ ਨੂੰ ਪਾਪ ਦੀ ਜੰਝ ਨਾਲ, ਪਾਪੀਆਂ ਦੀ ਜੰਝ ਨਾਲ ਤਸ਼ਬੀਹ ਦੇਣੀ, ਇਹ ਗੁਰੂ ਨਾਨਕ ਦੀ ਜ਼ਰੂਰਤ ਹੈ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਇਹ ਜੋਰੀ ਮੰਗੇ ਦਾਨ ਵੇ ਲਾ ਲਓ, ਇਸ ਤਰ੍ਹਾਂ ਦੇ ਨਗਮੇ ਅਲਾਪੇ ਗੁਰੂ ਨਾਨਕ ਨੇ, ਇਸ ਤਰ੍ਹਾਂ ਦੇ ਗੀਤ ਗਾਏ ਗੁਰੂ ਨਾਨਕ ਨੇ, ਸੁੱਤੀ ਹੋਈ ਭਾਰਤ ਦੀ ਅਣਖ ਨੂੰ ਜਗਾਇਆ ਇਸ ਢੰਗ ਦੇ ਨਾਲ ਗੁਰੂ ਨਾਨਕ ਨੇ। ਸੁਤੰਤਰਤਾ ਦੀ ਆਵਾਜ਼ ਬੁਲੰਦ ਕੀਤੀ ਔਰ 6ਵੇਂ ਪਾਤਸ਼ਾਹ ਤੱਕ ਇਹ ਆਵਾਜ਼ ਟਕਰਾਓ ਦਾ ਰੂਪ ਧਾਰਨ ਕਰ ਗਈ, ਔਰ 10ਵੇਂ ਪਾਤਸ਼ਾਹ ਤੱਕ ਜੋ ਨੌਬਤ ਪਹੁੰਚੀ ਉਹ ਤੁਹਾਡੇ ਸਾਹਮਣੇ। ਸੁਤੰਤਰਤਾ 108 ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ, ਖਿਮਾ ਕਰਨੀ, ਇਹ ਗਾਂਧੀ ਦੇ ਚਰਖੇ ਕੱਤਣ ਨਾਲ ਦੇਸ਼ ਆਜ਼ਾਦ ਨਹੀਂ ਹੋਇਆ, ਇਸ ਚੱਕਰ 'ਚ ਕਦੀ ਨਾ ਪੈਣਾ, ਅਤੇ ਵਰਤ ਰੱਖਣ ਨਾਲ ਤਾਂ ਨਹੀਂ ਹੋਇਆ। ਤੁਸੀਂ ਕਿਧਰੇ ਮੈਨੂੰ ਕਿਸੇ ਪਾਰਟੀ ਦਾ ਬੰਦਾ ਨਾ ਸਮਝ ਲੈਣਾ, ਮੈਂ ਬਿਲਕੁਲ ਰਾਜਨੀਤਿਕ ਤੌਰ 'ਤੇ ਨਿਆਰਾ, ਲੇਕਿਨ ਕੌਮੀ ਜਜ਼ਬਾਤ ਨੂੰ ਮੁੱਖ ਰੱਖ ਕੇ ਕਹਿ ਰਿਹਾ, ਇਹ ਵਰਤ ਰੱਖਣ ਨਾਲ ਦੇਸ਼ ਆਜ਼ਾਦ ਨਹੀਂ ਹੋਇਆ। ਇਹ ਤਾਂ ਆਜ਼ਾਦ ਹਿੰਦ ਫੌਜ ਸੁਭਾਸ਼ ਚੰਦਰ ਬੋਸ ਨਾ ਬਣਾਉਂਦਾ, ਅਤੇ ਪੰਜਾਬੀ ਆਪਣਾ ਖੂਨ ਨਾ ਡੋਲਦੇ, ਸ਼ਹੀਦ ਭਗਤ ਸਿੰਘ ਜੈਸੇ ਨਾ ਪੈਦਾ ਹੁੰਦੇ, ਇਹ ਦੇਸ਼ ਅੱਜ ਵੀ ਗੁਲਾਮ ਹੋਣਾ ਸੀ। ਇਹ ਚਰਖੇ ਕੱਤਣ ਨਾਲ ਆਜ਼ਾਦ ਨਹੀਂ ਹੋਇਆ, ਇਹ ਵਰਤ ਰੱਖਣ ਨਾਲ ਆਜ਼ਾਦ ਨਹੀਂ ਹੋਇਆ। ਬੜੌਦਾ ਦੇ 'ਚ ਇੱਕ ਦਫ਼ਾ ਤਕਰੀਰ ਕਰਦੇ ਹੋਇਆ ਮਹਾਤਮਾ ਗਾਂਧੀ ਦੀ ਰਸਨਾ ਤੋਂ ਨਿਕਲ ਗਿਆ ਕਿ ਜੋ ਸੰਤ ਹੈ ਉਹ ਸਿਰਫ ਵਿਚਾਰ ਦੀ ਗੱਲ ਕਰਦਾ ਹੈ, ਸ਼ਾਂਤੀ ਦੀ ਗੱਲ ਕਰਦਾ ਹੈ, ਤਲਵਾਰ ਦੀ ਗੱਲ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਇੱਕ ਭੁੱਲਾ ਹੋਇਆ ਲੈ ਰਹਿਬਰ ਸੀ, ਇਹ ਸ਼ਬਦ
ਪਰ ਈਦ ਵਾਲੇ ਦਿਨ ਉਹ ਮੁਹੰਮਦ ਸਾਹਿਬ ਦੀ ਤਾਰੀਫ ਕਰ ਗਿਆ ਬੜੌਦਾ ਵਿੱਚ, ਉਸੇ ਹੀ ਬੜੌਦਾ ਵਿੱਚ ਰੱਬ ਦੀ ਨੇਤ। ਉਦੋਂ ਸਾਡੇ ਕੌਮ ਦੇ ਇੱਕ ਬੜੇ ਉੱਘੇ ਦਾਰਸ਼ਨਿਕ ਪ੍ਰਚਾਰਕ ਜ਼ਿੰਦਾ ਸਨ, ਉਹ ਸਿੱਧੇ ਹੀ ਪਹੁੰਚ ਗਏ ਬੜੌਦਾ ਵਿੱਚ। ਕਹਿਣ ਲੱਗੇ ਮਹਾਤਮਾ ਜੀ ਚਰਚਾ ਕਰਨੀ ਹੈ, ਕਿਉਂਕਿ ਮੁਹੰਮਦ ਸਾਹਿਬ ਨੇ ਵੀ ਅਰਬ ਦੇਸ਼ ਜਦ ਦੇਖਿਆ ਮੇਰੀ ਵਿਚਾਰਾਂ ਦੇ ਨਾਲ ਗੱਲ ਨਹੀਂ ਪਈ ਬਣਦੀ, ਤਲਵਾਰ ਚੁੱਕੀ ਸੀ, ਤੁਸੀਂ ਉਸਦੀ ਤਾਂ ਉਪਮਾ ਕਰ ਗਏ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਗਏ ਉਹ ਭੁੱਲਾ ਰਹੇ, ਪਰ ਇਸ ਸੰਬੰਧ ਵਿੱਚ ਮੈਂ ਵਿਚਾਰ ਕਰਨੀ ਹੈ। ਔਰ ਤੁਹਾਡੇ ਅਹਿੰਸਾ ਪਰਮ ਧਰਮ ਨਾਲ ਮੈਂ ਬਿਲਕੁਲ ਸਹਿਮਤ ਨਹੀਂ। ਅਹਿੰਸਾ ਦੀ ਗੱਲ ਸਿੱਖ ਜਗਤ ਵਿੱਚ ਕਦੀ ਕਰਨਾ ਵੀ ਨਾ, ਅਸੀਂ ਜੈਨੀ ਬੋਧੀ ਨਹੀਂ ਹਾਂ, ਪਤਾ ਨਹੀਂ ਕਿਸ ਤਰੀਕੇ ਦੀ ਮਨਮਤ ਪ੍ਰਚਲਿਤ ਹੋ ਗਈ ਹੈ। ਅਹਿੰਸਾ ਪਰਮ ਧਰਮ, ਅਹਿੰਸਾ ਪਰਮ ਧਰਮ ਨਹੀਂ ਹੈ, ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ, ਬਹੁਤ ਛੋਟਾ ਜਿਹਾ ਹਿੱਸਾ, ਇਹ ਪਰਮ ਧਰਮ ਨਹੀਂ ਹੈ, ਕਤਈ ਪਰਮ ਧਰਮ ਨਹੀਂ ਹੈ। ਜਿਸ ਵਕਤ ਮਹਾਤਮਾ ਗਾਂਧੀ ਨਾਲ ਇਹ ਵਿਚਾਰ ਹੋਈ ਕਿ ਤੁਸੀਂ ਗੀਤਾ ਨੂੰ ਮਾਂ ਕਹਿੰਦੇ ਹੋ, ਉਹਨੇ ਕਿਹਾ ਹਾਂ ਗੀਤਾ ਮਾਂ, ਔਰ ਗੀਤਾ ਦਾ ਫਿਲਸਫਾ ਮਹਾਨ ਹੈ, ਮੰਨਣਾ ਪੈਣਾ। ਕਰਮ ਫਿਲਾਸਫੀ ਜਿਸ ਢੰਗ ਨਾਲ ਸ਼੍ਰੀ ਕ੍ਰਿਸ਼ਨ ਨੇ ਵਰਣਨ ਕੀਤੀ ਹੈ, ਇਸ ਤੋਂ ਉਹਨਾਂ ਦੀ ਮਹਾਨਤਾ ਝਲਕਦੀ, ਇਸ ਤੋਂ ਉਹਨਾਂ ਦਾ ਗਿਆਨ ਝਲਕਦਾ, ਇਸ ਤੋਂ ਉਹਨਾਂ ਦੀ ਸ਼ਖਸੀਅਤ ਝਲਕਦੀ ਹੈ, ਮੰਨਦੇ ਹਾਂ ਅਸੀਂ। ਗੁਰੂ ਘਰ ਕਿਸੇ ਦੀ ਨਿੰਦਾ ਨਹੀਂ ਕਰਦਾ, ਅਸੀਂ ਮੰਨਦੇ ਹਾਂ ਉਸ ਮਹਾਂਪੁਰਸ਼ ਦੀ ਇਸ ਦਲੀਲ ਨੂੰ, ਇਸ ਵਿਚਾਰ ਨੂੰ ਜਿਹੜੀਆਂ ਉਸਨੇ ਗੀਤਾ ਵਿੱਚ ਪੇਸ਼ ਕੀਤੀਆਂ ਨੇ। ਪਰ ਜਦ ਮਹਾਤਮਾ ਗਾਂਧੀ ਨੂੰ ਕਿਹਾ ਗਿਆ ਤੁਹਾਨੂੰ ਇਹ ਪਤਾ ਗੀਤਾ ਕਿੱਥੇ ਉਚਾਰਨ ਹੋਈ ਹੈ, ਮੈਦਾਨ ਏ ਜੰਗ ਵਿੱਚ ਅਰਜਨ ਨੇ ਸ਼ਸਤਰ ਸੁੱਟ ਦਿੱਤੇ ਸਨ, ਯੁਧਿਸ਼ਠਰ ਨੇ ਸ਼ਸਤਰ ਸੁੱਟ ਦਿੱਤੇ ਸਨ, ਭਗਵਾਨ ਅਸੀਂ ਨਹੀਂ ਲੜਨਾ, ਕਿਉਂ ਸਾਹਮਣੇ ਦਰੋਣਾਚਾਰਜ ਬੈਠਾ, ਉਹ ਸਾਡਾ ਗੁਰੂ, ਸਾਹਮਣੇ ਭੀਸ਼ਮ ਹੈ ਉਹ ਸਾਡਾ ਪਿਤਾਮਾ, ਸਾਹਮਣੇ ਦੁਰਯੋਧਨ ਹੈ ਉਹ ਸਾਡਾ ਚਚੇਰਾ ਭਰਾ, ਅਸੀਂ ਆਪਣੇ ਨਾਲ ਜੰਗ ਨਹੀਂ ਕਰਨੀ, ਬਿਲਕੁਲ ਨਹੀਂ ਕਰਨੀ। ਸ਼੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਭੁੱਲ ਨਾ ਕਰ, ਇਹ ਠੀਕ ਹੈ ਤੇਰੇ ਆਪਣੇ ਨੇ, ਪਰ ਆਪਣੇ ਜਿਸਮ ਦੇ ਉੱਤੇ ਕੋਈ ਫੋੜਾ ਨਿਕਲ ਆਏ ਮਵਾਦ ਦੇ ਨਾਲ ਭਰਿਆ ਹੋਇਆ, ਤਾਂ ਕਿਆ ਮਰੀਜ਼ ਇਹ ਕਹਿੰਦਾ ਚੀਰਾ ਨਹੀਂ ਦੇਣਾ, ਮਵਾਦ ਰਹਿਣ ਦਿਓ ਕਿਉਂਕਿ ਫੋੜਾ ਮੇਰਾ ਹੈ, ਮੈਂ ਨਹੀਂ ਚੀਰਾ ਦੇਣਾ, ਨਹੀਂ ਉਹ ਰਾਜ਼ੀ ਹੋ ਜਾਂਦਾ। ਤਾਂ ਸ਼੍ਰੀ ਕ੍ਰਿਸ਼ਨ ਨੇ ਕਹਿ ਦਿੱਤਾ ਐ ਅਰਜਨ, ਇਹ ਦੇਸ਼ ਅਤੇ ਕੌਮ ਅਤੇ ਧਰਮ ਨੂੰ ਲੱਗੇ ਹੋਏ ਮਵਾਦੀ ਫੋੜੇ ਨੇ ਚੀਰ ਦੇਣਾ, ਤੈਨੂੰ ਕੋਈ ਪਾਪ ਨਹੀਂ ਹੋਵੇ, ਭਾਵੇਂ ਦਰੋਣਾਚਾਰਤ ਤੇਰਾ ਗੁਰੂ ਹੈ, ਭਾਵੇਂ ਭੀਸ਼ਮ ਤੇਰਾ ਪਿਤਾਮਾ ਹੈ, ਭਾਵੇਂ ਦੁਰਯੋਧਨ ਤੇਰਾ ਚਚੇਰਾ ਭਰਾ ਹੈ, ਇਸ ਜੋਸ਼ ਨਾਲ ਇਸ ਦਲੀਲ ਨਾਲ ਕ੍ਰਿਸ਼ਨ ਨੇ ਗੱਲ ਕੀਤੀ। ਸੁੱਟੀ ਹੋਈ ਤਲਵਾਰ ਯੁਧਿਸ਼ਠਰ ਨੇ ਚੁੱਕ ਲਈ, ਸੁੱਟਿਆ ਹੋਇਆ ਧਨੁਸ਼ ਬਾਣ ਅਰਜਨ ਨੇ ਚੁੱਕ ਲਿਆ, ਘਮਸਾਨ ਦਾ ਯੁੱਧ ਹੋਇਆ ਔਰ ਇਸ ਵਿੱਚ ਲੱਖਾਂ ਬੰਦੇ ਮੌਤ ਦੇ ਘਾਟ ਉਤਰ ਗਏ। ਜਦ ਮਹਾਤਮਾ ਗਾਂਧੀ ਨਾਲ ਇਹ ਵਿਚਾਰ ਹੋਈ ਬਈ ਗੀਤਾ ਤੇ ਮੈਦਾਨ ਏ ਜੰਗ ਵਿੱਚ ਉਚਾਰਨ ਹੋਈ ਤੇ ਨਿਰੀ ਮੈਦਾਨ ਏ ਜੰਗ ਵਿੱਚ ਨਹੀਂ, ਅਗਰ ਗੀਤਾ ਨਾ ਉਚਾਰਨ ਹੁੰਦੀ ਤੇ ਜੰਗ ਹੋਣੀ ਵੀ ਨਹੀਂ ਸੀ, ਕਿਉਂਕਿ ਅਰਜਨ ਤੇ ਪਹਿਲੇ ਹੀ ਭੱਜ ਕੇ ਜਾ ਰਿਹਾ ਸੀ, ਯੁਧਿਸ਼ਠਰ ਤੇ ਪਹਿਲੇ ਹੀ ਭੱਜ ਕੇ ਜਾ ਰਿਹਾ ਸੀ। ਇਸ ਗੀਤਾ ਕਰਕੇ ਜੰਗ ਹੋਈ ਇਤਨੀ ਵੱਡੀ, ਤਾਂ ਪਤਾ ਮਹਾਤਮਾ ਗਾਂਧੀ ਨੇ ਕੀ ਆਖਿਆ, ਨਹੀਂ ਇਹ ਜੰਗ ਅੰਦਰ ਦੀ ਜੰਗ ਹੈ ਤੇ ਬਾਹਰ ਦੀ ਨਹੀਂ, ਇਹ ਅੰਦਰ ਮਹਾਂਭਾਰਤ ਹੋਇਆ ਇਹ ਬਾਹਰ ਨਹੀਂ। ਤਾਂ ਉਸ ਮਹਾਨ ਪ੍ਰਚਾਰਕ ਨੇ ਕਹਿ ਦਿੱਤਾ ਮਹਾਤਮਾ ਜੀ ਫਿਰ ਇਹ ਵੀ ਮੰਨਣਾ ਪਏਗਾ ਕਿ ਕ੍ਰਿਸ਼ਨ ਵੀ ਬਾਹਰ ਨਹੀਂ ਹੋਏ, ਕੋਈ ਕ੍ਰਿਸ਼ਨ ਵੀ ਅੰਦਰ ਹੀ ਸੀ, ਉਹ ਬਾਹਰ ਨਹੀਂ ਹੋਏ, ਇਹ ਕਬੂਲ ਕਰਨਾ ਪਏਗਾ। ਇਹ ਕਿਸ ਤਰ੍ਹਾਂ ਕਿ ਕ੍ਰਿਸ਼ਨ ਬਾਹਰ ਹੋਇਆ ਅਤੇ ਜੰਗ ਅੰਦਰ ਹੋਈ ਹੈ, ਮਨ ਦੀ ਜੰਗ ਦਾ ਜ਼ਿਕਰ ਹੈ, ਕੁਰੂਕਸ਼ੇਤਰ ਦਾ ਮੈਦਾਨ ਮੌਜੂਦ ਹੈ, ਚੱਕਰ ਚੇਨ ਬਣੇ ਪਏ ਨੇ, ਥਾਂ ਥਾਂ 'ਤੇ ਮੰਦਰ ਬਣੇ ਪਏ ਨੇ ਜਿੱਥੇ ਜਿੱਥੇ ਜੰਗ ਹੋਈ ਹੈ, ਜਿੱਥੇ ਜਿੱਥੇ ਯੋਧੇ ਸ਼ਹੀਦ ਹੋਏ ਨੇ ਸਾਰੇ ਮੰਦਰ ਬਣੇ ਪਏ ਨੇ। ਅਤੇ ਤੁਸੀਂ ਇਹ ਕਹਿ ਕੇ ਆਪਣੀ ਜਾਨ ਛੁਡਾਓ, ਨਹੀਂ ਇਹ ਤਾਂ ਅੰਦਰ ਦੀ ਜੰਗ ਦਾ ਜ਼ਿਕਰ ਹੈ, ਨਹੀਂ
ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਹਿੰਸਾ ਪਰਮੋ ਧਰਮ ਝੂਠ ਹੈ, ਬਿਲਕੁਲ ਝੂਠ। ਜ਼ਿੰਦਗੀ ਦੇ ਸਾਰੇ ਮਸਲੇ ਅਹਿੰਸਾ ਨਾਲ ਹੱਲ ਨਹੀਂ ਆਉਂਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਅਮਰ ਵਾਕ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਪੂਰੇ ਉਤਰਦੇ ਨੇ। ਚੁੰਕਾਰਸ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਵਿਚਾਰ ਨਾਲ ਗਿਆਨ ਨਾਲ ਗੱਲ ਨਾ ਬਣੇ, ਤਲਵਾਰ ਚੁੱਕਣਾ ਧਰਮ ਹੈ। ਭਾਰਤ ਵਾਸੀਆਂ ਨੂੰ ਤਲਵਾਰ ਪਕੜਾਈ ਗੁਰੂ ਗੋਬਿੰਦ ਸਿੰਘ ਜੀ ਨੇ, ਬਈ ਨਹੀਂ ਹੁਣ ਵਿਚਾਰ ਨਾਲ ਗੱਲ ਨਹੀਂ ਬਣਨੀ, ਸ਼ਾਂਤੀ ਨਾਲ ਗੱਲ ਨਹੀਂ ਬਣਨੀ। ਇਹ ਤੁਹਾਡੀਆਂ ਬੇੜੀਆਂ, ਇਹ ਹੱਥਕੜੀਆਂ ਐਵੇਂ ਨਹੀਂ ਟੁੱਟਣ ਲੱਗੀਆਂ, ਇਹ ਗੁਲਾਮੀ ਐਵੇਂ ਨਹੀਂ ਮਿਟਣ ਲੱਗੀ। ਤੋੜਨ ਦਾ ਨਾਰਾ ਲਾਇਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਗੱਲ ਵੱਖਰੀ ਹੈ ਕਿ ਬੜੌਦੇ ਵਿੱਚ ਬਾਅਦ ਵਿੱਚ ਮਹਾਤਮਾ ਗਾਂਧੀ ਨੂੰ ਕਬੂਲ ਕਰਨਾ ਪਿਆ ਵੀ ਮੈਂ ਭੁੱਲ ਕੀਤੀ ਹੈ, ਉਹਨੇ ਖਿਮਾ ਮੰਗੀ ਸੀ ਬਾਅਦ ਵਿੱਚ। ਮੈਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਸਨ, ਭਾਵੇਂ ਪਛਤਾਵਾ ਹੋਵੇ ਅਤੇ ਭਾਵੇਂ ਉਸਦੀ ਰਾਜਨੀਤੀ, ਲੇਕਿਨ ਉਸਨੇ ਇਹ ਸ਼ਬਦ ਕਬੂਲੇ ਸਨ ਬਈ ਮੈਂ ਇੱਥੋਂ ਇਹ ਭੁੱਲ ਹੋਈ ਹੈ। ਅਤੇ ਜੇ ਭੁੱਲ ਹੋਈ ਹੈ ਤਾਂ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਵਰਤ ਰੱਖਣਾ ਚਰਖੇ ਕਤਨੇ ਸਾਰੇ ਗਲਤ ਸਾਬਤ ਹੋ ਗਏ, ਇਹਦੇ ਨਾਲ ਦੇਸ਼ ਆਜ਼ਾਦ ਨਹੀਂ ਹੁੰਦੇ। ਇੱਥੇ ਪੰਜਾਬੀਆਂ ਨੇ ਖੂਨ ਡੋਲਿਆ, 90% ਪੰਜਾਬੀ ਫਾਂਸੀਆਂ 'ਤੇ ਚੜ੍ਹੇ ਨੇ। ਬੰਗਾਲ ਨੇ ਅਤੇ ਪੰਜਾਬ ਨੇ ਜੋ ਕੁਰਬਾਨੀ ਦਿੱਤੀ ਹੈ ਦੇਸ਼ ਨੂੰ ਆਜ਼ਾਦ ਕਰਨ ਵਿੱਚ, ਕਿਸੇ ਹੋਰ ਸੂਬੇ ਨੇ ਨਹੀਂ। ਕਦੀ ਬਗੌਰ ਮੁਤਾਲਾ ਕਰਕੇ ਵੇਖਣਾ, ਬੰਗਾਲੀਆਂ ਦਾ ਦਿਮਾਗ ਲੜਦਾ ਰਿਹਾ, ਪੰਜਾਬੀਆਂ ਦਾ ਸਰੀਰ ਲੜਦਾ ਰਿਹਾ। ਬੰਗਾਲੀਆਂ ਦੇ ਵਿਚਾਰ ਡੁੱਲਦੇ ਰਹੇ ਨੇ, ਪੰਜਾਬੀਆਂ ਦਾ ਖੂਨ ਡੁੱਲਦਾ ਰਿਹਾ, ਦੇਸ਼ ਆਜ਼ਾਦ ਹੋਇਆ। ਅਤੇ ਅੱਜ ਇਹਨਾਂ ਦੋਵਾਂ ਪ੍ਰਾਂਤਾਂ ਵਿੱਚ ਬੜੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਨਾਸਤਿਕ ਬਣਾ ਦਿੱਤਾ ਜਾਏ, ਦੋਵਾਂ ਪ੍ਰਾਂਤਾਂ ਵਿੱਚ ਬੜੀ ਕੋਸ਼ਿਸ਼। ਬੰਗਾਲ ਵਿੱਚ ਕਮਿਊਨਿਜ਼ਮ, ਕਮਿਊਨਿਸਟ ਸਰਕਾਰ ਹੈ, 30 ਸਾਲ ਤੋਂ ਚਲੀ ਆ ਰਹੀ। ਅਤੇ ਪੰਜਾਬ ਦੇ ਵਿੱਚ ਵੀ ਕਮਿਊਨਿਜ਼ਮ ਦੇ ਨਾਰੇ ਬੁਲੰਦ ਹੁੰਦੇ ਜਾ ਰਹੇ, ਕਰੋੜਾਂ ਰੁਪਏ ਇੱਥੇ ਖਰਚ ਹੋ ਰਹੇ ਨੇ। ਸਾਡੇ ਚੋਟੀ ਦੇ ਸਾਹਿਤਕਾਰ, ਮੈਂ ਨਾਮ ਲੈਂਦਿਆਂ ਸੰਕੋਚ ਨਹੀਂ ਕਰਾਂਗਾ, ਪ੍ਰੀਤ ਲੜੀ ਜੈਸੇ ਲੇਖਕ ਨਾਸਤਿਕਤਾ ਦਾ ਪ੍ਰਚਾਰ ਕਰਦੇ ਰਹੇ, ਜ਼ੁਕਾਮ ਵੀ ਲੱਗ ਜਾਏ ਇਲਾਜ ਕਰਾਉਣ ਵਾਸਤੇ ਕੋਈ ਜਾਂਦੇ ਸਨ, ਮੁਫਤ ਜਾਣਾ ਮੁਫਤ ਆਉਣਾ। ਔਰ ਅੱਜ ਵੀ ਚੋਟੀ ਦੇ ਸਾਹਿਤਕਾਰ ਖਰੀਦੇ ਹੋਏ ਨੇ। ਬਣਾਓ ਕਮਿਊਨਿਸਟ ਇਹਨਾਂ ਪੰਜਾਬੀਆਂ ਨੂੰ, ਇਤਨੀ ਧਰਮ ਕਰਮ ਦੀ ਗੱਲ ਕਿਉਂ ਕਰਦੇ ਨੇ? ਅਤੇ ਜਿਸ ਦਿਨ ਇਹ ਦੋ ਪ੍ਰਾਂਤ ਨਾਸਤਿਕ ਬਣ ਗਏ, ਸਾਰੇ ਦੇਸ਼ ਨੇ ਨਾਸਤਿਕ ਬਣ ਜਾਣਾ। ਇਤਨੀ ਮੈਂ ਅਰਜ਼ ਕਰਦੇ ਹਾਂ, ਬੜਾ ਜ਼ੋਰ ਹੈ ਔਰ ਕੋਸ਼ਿਸ਼ ਹੈ ਕਿ ਭਾਵਨਾ ਅਤੇ ਸ਼ਰਧਾ ਜਿਹੜੀ ਹੈ ਇਹਨਾਂ ਦੀ ਛੀਣ ਕਰੋ। ਔਰ ਸਿੱਖ ਵੀ ਉੱਥੇ ਕਮਿਊਨਿਜ਼ਮ ਦੇ ਨਾਰੇ ਲਾਉਣ ਲੱਗ ਪਏ। ਮੈਂ ਜਿੱਥੇ ਜਿੱਥੇ ਜਾਂਦਾ ਨਾ ਪੰਜਾਬ ਦੇ ਪਿੰਡਾਂ 'ਚ, ਸ਼ਹਿਰਾਂ 'ਚ, ਮੇਰੇ ਨਾਲ ਚਰਚਾ ਹੀ ਇਹੀ ਕਰਦੇ ਨੇ, ਗਿਆਨੀ ਜੀ ਪਦਾਰਥ ਦੀ ਵੰਡ ਠੀਕ ਹੋਣੀ ਚਾਹੀਦੀ ਹੈ, ਧਰਮ ਕਰਮ ਬਾਕੀ ਬਾਅਦ ਵਿੱਚ ਦੇਖ ਲਿਆਂਗੇ, ਇੰਝ ਕਹਿੰਦੇ, ਐਸਾ ਕਹਿੰਦੇ। ਔਰ ਉਹਨਾਂ ਨੂੰ ਢੰਗ ਨਾਲ ਸਮਝਾਉਣਾ ਪੈਂਦਾ ਵੀ ਪਿਛੋਕੜ ਕੀ ਕੰਮ ਕਰਦਾ ਪਏ, ਤੁਸੀਂ ਸੁਚੇਤ ਹੋ, ਤੁਸੀਂ ਸਾਵਧਾਨ ਹੋਵੋ, ਤੁਹਾਡੀ ਸੰਸਕ੍ਰਿਤੀ ਨੂੰ ਮਿਟਾਇਆ ਜਾ ਰਿਹਾ। ਜਾਪਦਾ ਹੈ ਕੁਝ ਗੁਲਾਮੀ ਦੀਆਂ ਜੜ੍ਹਾਂ ਅੰਦਰ ਰਹਿ ਗਈਆਂ ਸਨ, ਔਰ ਗੁਲਾਮੀ ਚੰਗੀ ਲੱਗਦੀ ਪਈ ਹੈ। ਗੁਲਾਮ ਬੰਦੇ ਦੀ ਅਤੇ ਸੁਤੰਤਰ ਬੰਦੇ ਦੀ ਕੁਛ ਪਹਿਚਾਣ ਹੋਵੇਗੀ। ਸੁਤੰਤਰ ਬੰਦੇ ਕੋਲ ਬੋਲੀ ਆਪਣੀ ਆਉਂਦੀ ਹੈ, ਸੱਭਿਅਤਾ ਆਪਣੀ ਆਉਂਦੀ ਹੈ, ਧਰਮ ਆਪਣਾ ਆਉਂਦਾ ਹੈ, ਸੰਸਕ੍ਰਿਤੀ ਆਪਣੀ ਆਉਂਦੀ ਹੈ, ਸੁਭਾਅ ਆਪਣਾ ਆਉਂਦਾ ਹੈ, ਮਜ਼ਹਬ ਆਪਣਾ ਆਉਂਦਾ ਹੈ ਸੁਤੰਤਰ ਬੰਦੇ ਕੋਲ। ਗੁਲਾਮ ਬੰਦੇ ਕੋਲ ਲਿਬਾਸ ਆਪਣਾ ਨਹੀਂ ਆਉਂਦਾ, ਆਪਣੀ ਨੈਸ਼ਨਲ ਡਰੈਸ ਨਹੀਂ ਆਉਂਦੀ। ਗੁਲਾਮ ਬੰਦੇ ਕੋਲ ਆਪਣੀ ਬੋਲੀ ਨਹੀਂ ਆਉਂਦੀ। ਗੁਲਾਮ ਬੰਦੇ ਕੋਲ ਆਪਣੀ ਸੱਭਿਅਤਾ ਨਹੀਂ ਆਉਂਦੀ, ਆਪਣੀ ਸੰਸਕ੍ਰਿਤੀ ਨਹੀਂ ਆਉਂਦੀ। ਗੁਲਾਮ ਬੰਦੇ ਕੋਲ ਆਪਣਾ ਧਰਮ ਨਹੀਂ ਆਉਂਦਾ। ਮੈਂ ਦੇਖਦਾ ਦੋ ਇਰਾਨੀ ਦੁਨੀਆ ਦੇ ਕਿਸੇ ਕੋਨੇ 'ਚ ਮਿਲਣ, ਮੈਨੂੰ ਇਸ ਤਰ੍ਹਾਂ ਦਾ ਅਦਕੀ ਤਜਰਬਾ ਹੋਇਆ। ਉਹ ਪਰਸ਼ੀਅਨ ਵਿੱਚ ਬੋਲਦੇ, ਜਿੱਥੇ ਵੀ ਮਿਲਣ, ਚਾਹੇ ਅਮੈਰੀਕਾ ਵਿੱਚ ਮਿਲਣ, ਚਾਹੇ ਕੈਨੇਡਾ ਵਿੱਚ ਮਿਲਣ, ਚਾਹੇ ਏਸ਼ੀਆ ਦੇ ਕਿਸੇ ਖਿੱਤੇ 'ਚ ਹੋਵਣ, ਉਹ ਆਪਸ ਵਿੱਚ ਦੋਵੇਂ ਪਰਸ਼ੀਅਨ ਵਿੱਚ ਬੋਲਣਗੇ। ਦੋ ਅਫਗਾਨੀ ਕਿਧਰੇ ਇਕੱਠੇ ਹੋਣ, ਪਸ਼ਤੋ ਬੋਲਦੇ। ਦੋ ਚੀਨੀ ਕਿਧਰੇ ਇਕੱਠੇ ਹੋਵਣ, ਚੀਨੀ 'ਚ ਬੋਲਦੇ।
ਚਾਈਨੀਜ਼ ਲੈਂਗੁਏਜ ਬੋਲਦੇ ਹਨ, ਆਪਣਾ ਹੀ ਰੰਗ ਹੈ ਉਹਨਾਂ ਦਾ, ਆਪਣਾ ਹੀ ਤੌਰ ਤਰੀਕਾ ਹੈ। ਅਤੇ 2 ਅਰਬੀ ਦੁਨੀਆ ਦੇ ਕਿਸੇ ਕੋਣੇ 'ਚ ਇਕੱਠੇ ਹੋ ਜਾਣ, ਯੂਰਪ ਦੇ ਮੁਲਕਾਂ 'ਚ ਬਥੇਰੇ ਨੇ ਅਰਬੀ 'ਚ ਬੋਲਣਗੇ, 2 ਪੰਜਾਬੀ ਕਿਧਰੇ ਇਕੱਠੇ ਹੋ ਜਾਣ ਇੰਗਲਿਸ਼ ਬੋਲਣਗੇ, ਨਹੀਂ ਬੋਲਣਗੇ ਪੰਜਾਬੀ, ਮਜ਼ਾਲ ਹੈ ਬੋਲਣ, ਬਿਲਕੁਲ ਨਹੀਂ ਬੋਲਦੇ, ਇਹ ਹੈਰਾਨਗੀ ਹੁੰਦੀ। 2 ਚੀਨੀ ਚੀਨੀ ਬੋਲ ਸਕਦੇ ਨੇ, 2 ਅਰਬੀ ਅਰਬੀ ਦੇ 'ਚ ਗੁਫ਼ਤਗੂ ਕਰ ਸਕਦੇ ਨੇ, 2 ਈਰਾਨੀ ਆਪਸ ਦੇ 'ਚ ਪਰਸ਼ੀਅਨ 'ਚ ਬੋਲ ਸਕਦੇ ਨੇ, 2 ਅਫਗਾਨੀ ਆਪਸ ਦੇ 'ਚ ਪਸ਼ਤੋ 'ਚ ਬੋਲ ਸਕਦੇ ਨੇ, ਇਹ ਕੀ ਹੋ ਗਿਆ 2 ਪੰਜਾਬੀਆਂ ਨੂੰ ਕਿਉਂ ਨਹੀਂ ਬੋਲਦੇ? ਗੁਲਾਮ, ਗੁਲਾਮ ਬੰਦੇ ਕੋਲ ਆਪਣੀ ਭਾਸ਼ਾ ਨਹੀਂ ਆਉਂਦੀ, ਤੁਹਾਨੂੰ ਭਾਵੇਂ ਚੋਟ ਲੱਗੇ ਗੱਲ ਵੱਖਰੀ ਪਰ ਮਜਬੂਰੀ ਹੈ। ਸੁਤੰਤਰ ਬੰਦੇ ਕੋਲ ਬੋਲੀ ਆਪਣੀ ਆਉਂਦੀ ਹੈ, ਗੁਲਾਮ ਬੰਦੇ ਕੋਲ ਆਪਣੀ ਭਾਸ਼ਾ ਨਹੀਂ ਆਉਂਦੀ। ਤੁਸੀਂ ਆਖੋਗੇ ਅਸੀਂ ਅਕਸਰੀਅਤ ਦੇ 'ਚ ਆਪਣੀ ਭਾਸ਼ਾ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖੀਏ? ਤੁਹਾਡੇ ਕੋਲ ਪੁੱਛਿਆ ਜਾਏਗਾ ਕਿ ਜਿੱਥੇ 4-4, 5-5 ਈਰਾਨੀਆਂ ਦੇ ਘਰ ਨੇ, ਉਹਨਾਂ ਨੇ ਪਰਸ਼ੀਅਨ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖਿਆ? ਜਿੱਥੇ 10-10, 20-20 ਘਰ ਚੀਨੀਆਂ ਦੇ ਨੇ, ਉਹਨਾਂ ਨੇ ਆਪਣੀ ਚੀਨੀ ਭਾਸ਼ਾ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖਿਆ? ਅਰਬੀਆਂ ਨੇ ਆਪਣੀ ਅਰਬੀ ਭਾਸ਼ਾ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖਿਆ? ਪਠਾਣਾਂ ਨੇ ਆਪਣੀ ਪਸ਼ਤੋ ਨੂੰ ਕਿਸ ਤਰ੍ਹਾਂ ਜ਼ਿੰਦਾ ਰੱਖਿਆ? ਹਿੰਦੁਸਤਾਨ ਦੇ 'ਚ ਕਾਫੀ ਪਠਾਣ ਨੇ, ਬੰਗਾਲ ਦੇ 'ਚ ਨੇ, ਗੁਜਰਾਤ ਦੇ 'ਚ ਨੇ, ਤਾਮਿਲਨਾਡੂ ਦੇ 'ਚ ਨੇ, ਉਹਨਾਂ ਇਲਾਕਿਆਂ ਦੇ 'ਚ ਨੇ ਜਿੱਥੇ ਹਿੰਦੀ ਵੀ ਨਹੀਂ ਬੋਲੀ ਜਾਂਦੀ, ਪਰ ਉਹਨਾਂ ਦੀ ਆਪਣੀ ਭਾਸ਼ਾ ਹੈ, ਅੱਜ ਵੀ ਆਪਣੀ ਭਾਸ਼ਾ, ਦੁਨੀਆਂ ਦੇ ਹੋਰ ਖਿੱਤਿਆਂ ਦੇ 'ਚ ਵੀ ਨੇ। ਪੰਜਾਬੀ ਕਿਧਰੇ ਵੀ ਹੈ, ਇਹ ਆਪਣੀ ਬੋਲੀ ਪਹਿਲੇ ਗਵਾਉਂਦਾ, ਹੈਰਾਨਗੀ ਹੈ, ਆਪਣਾ ਲਿਬਾਸ ਗਵਾਉਂਦਾ, ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਗਵਾਉਂਦਾ। ਇੱਕ ਘਰ ਦੇ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਬੱਚੇ ਦਾ ਜਨਮ ਦਿਨ ਮਨਾ ਰਹੇ ਸਨ, ਮੋਮਬੱਤੀਆਂ ਜਲਾ ਰਹੇ ਸਨ, ਅਤੇ ਮੈਨੂੰ ਕਹਿਣ ਲੱਗ ਗਿਆ ਨਹੀਂ ਜੀ ਨੇੜੇ ਆਓ। ਮੈਂ ਕਿਹਾ ਮੈਂ ਤਾਂ ਇਸ ਪਖੰਡ ਦੇ ਨੇੜੇ ਨਹੀਂ ਆਵਾਂਗਾ, ਤੁਹਾਨੂੰ ਇਹ ਮੈਨੂੰ ਨਹੀਂ ਪਤਾ ਸੀ, ਮੈਂ ਕਿਹਾ ਤੁਸੀਂ ਇਸ ਢੰਗ ਨਾਲ ਜਨਮ ਦਿਨ ਮਨਾਉਣਾ, ਇਹ ਤਾਂ ਈਸਾਈ ਸੱਭਿਅਤਾ ਹੈ, ਇਹਦੇ 'ਚ ਮੈਂ ਨਹੀਂ ਸ਼ਾਮਿਲ ਹੋ ਸਕਦਾ। ਤੂੰ ਗੁਰਸਿੱਖ ਹੈ, ਘਰ ਦੇ 'ਚ ਪਾਠ ਰੱਖਾ, ਕੀਰਤਨ ਕਰਾ, ਸਤਿਗੁਰ ਦੇ ਅੱਗੋਂ ਅਰਦਾਸਾ ਕਰਾ, ਇਹੀ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਸਤਿਗੁਰ ਦਾ ਧੰਨਵਾਦ ਕਰ, ਇਹ ਕਿੱਥੋਂ ਨਿਕੰਮਾ ਪਖੰਡ ਲੈ ਕੇ ਆ ਗਏ? ਅਤੇ ਜਿਸ ਦੇ ਕੋਲ ਬੋਲੀ ਆਪਣੀ ਨਾ ਹੋਵੇ, ਜਿਹਦੇ ਕੋਲ ਪਹਿਰਾਵਾ ਆਪਣਾ ਨਾ ਹੋਵੇ, ਜਿਹਦੇ ਕੋਲ ਸੱਭਿਅਤਾ ਆਪਣੀ ਨਾ ਹੋਵੇ, ਜਿਹਦੇ ਕੋਲ ਸੰਸਕ੍ਰਿਤੀ ਆਪਣੀ ਨਾ ਹੋਵੇ, ਉਸ ਬੰਦੇ ਕੋਲ ਆਪਣਾ ਧਰਮ ਰਹਿ ਸਕੇਗਾ? ਉਹਦੇ ਕੋਲ ਆਪਣਾ ਧਰਮ ਰਹਿਣਾ ਬੜੀ ਔਖੀ ਗੱਲ, ਧਰਮ 'ਤੇ ਖੋ ਜਾਏਗਾ, ਧਰਮ 'ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਆਸਰੇ ਉੱਤੇ ਜੋ ਹੈ ਖੜ੍ਹਾ। ਤੋ ਖੈਰ, ਸੁੱਤੀ ਹੋਈ ਅਣਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ। ਸਾਹਿਬ ਕਹਿੰਦੇ ਨੇ, ਜੋ ਕਿਛ ਇੱਛ ਕਰੋ ਧਨ ਕੀ, ਤੋ ਚਲਿਓ ਧਨ ਦੇਸਨ ਦੇਸ 'ਤੇ ਆਵੇ।